ਚੰਚ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਪ੍ਰਾਈਮ ਏਸ਼ੀਆ ਟੀਵੀ ਤੇ ਚਾਹ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਅਸੀਂ ਹਾਜ਼ਰ ਹੋ ਗਏ ਆ ਮੈਂ ਹਰਮਨ ਥੇਨ ਤੇ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਜਿੰਦਾਬਾਦ ਆ ਬਾਬੇ ਦੀ ਕਿਰਪਾ ਵਾਹ ਕੀ ਬਾਤ ਹੈ ਇਹ ਇੰਨੀ ਜ਼ਿੰਦਾਦਿਲੀ ਵਾਲੀਆਂ ਗੱਲਾਂ ਸੁਣ ਕੇ ਮਨ ਸਰਸ਼ਾਪ ਹੋ ਗਿਆ ਬਹੁਤ ਤੁਹਾਡਾ ਧੰਨਵਾਦ ਬਾਦ ਗੜੂਦ ਹੋ ਗਿਆ ਮੇਰਾ ਦੁਗਣਾ ਤਿਗਣਾ ਚੌਗਣਾ ਹੋ ਗਿਆ ਵਾਹ ਹਾਂ ਵਾਹ ਕੀ ਬਾਤ ਹੈ ਟਾਰਾ ਸਾਹਿਬ ਮੇਰੀ ਬਾਤ ਇਹੀ ਹੁੰਦੀ ਆ ਆਹਾ ਇੰਨੀ ਜ਼ਿੰਦਾਦਿਲੀ ਦੇ ਨਾਲ ਜਦੋਂ ਵਿਚਾਰ ਤੁਸੀਂ ਪੇਸ਼ ਕਰਦੇ ਹੋ ਨਾ ਤਾਂ ਆਉਂਦਾ ਹੀ ਓਹ ਲੱਗਦਾ ਹੈ ਕਿ ਜਿਵੇਂ ਗੱਡੀ ਦੇ ਵਿੱਚ ਪੂਰਾ ਪੈਟਰੋਲ ਪੈ ਗਿਆ ਹਾਂ ਤੇ ਗੱਡੀ ਹੁਣ ਮਤਲਬ ਗੱਡੀ ਜਾਂਦੀ ਹੈ ਅੱਛਾ ਲੰਗਾ ਮਾਰਦੀ ਅੱਛਾ ਗੱਡੀ ਵਾਲਿਆ ਬਾਬੂਆ ਰੋ ਗੱਡੀ ਮੇਰੇ ਯਾਰ ਵਫਾ ਨਹੀਂ ਕਰ ਚੱਲਿਆ ਮੈਨੂੰ ਇਹ ਗੜਾ ਚੇਤੇ ਆ ਰਿਹਾ ਰੋਕਣੀ ਕਦ ਲਈ ਗੱਡੀ ਮਨ ਮੱਦੀ ਦਾ ਗਾਣਾ ਗੱਡੀ ਦਾ ਤੋੜੀ ਸੀ ਜੇਕਰ ਗੱਡੀ ਰੁਕੂਗੀ ਤਾਂ ਹੀ ਕੋਈ ਸਵਾਰੀ ਚੜੂਗੀ ਨਾ ਆ ਗਈ ਰੋਜੀ ਖਾਲੀ ਗੱਡੀ ਥੋੜੀ ਆਉਗੀ ਸਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਬੂਹਾ ਨਾ ਕੋਈ ਬਾਰ ਕੇ ਸ਼ੀਸ਼ਾ ਨਾ ਇਹ ਰਸੋਈ ਇਥੇ ਅੰਤਖਸ਼ਰੀ ਚੱਲਦੀ ਹੈ ਇਹ ਗਾਣਿਆਂ ਦਾ ਪ੍ਰੋਗਰਾਮ ਆਉਂਦੇ ਜਿੱਧਰ ਨੂੰ ਤੁਹਾਡਾ ਠੀਕ ਲੱਗਾ ਸੂਤ ਜਿਆ ਲੱਗਾ ਉਧਰ ਨੂੰ ਤੁਰ ਪੈਣੇ ਹੋ ਮਾਫੀ ਚਾਹ ਰਹੀ ਹਾਂ ਟੈਣਾ ਸਾਹਿਬ ਅਸਲ 'ਚ ਮੈਂ ਵੀ ਸਵਾਦ ਗੜੂੰਦ ਹੋ ਗਈ ਸੀ ਸਰਸ਼ਾਰ ਹੋ ਗਈ ਸੀ ਮੈਂ ਕਿਹਾ ਬਸ ਹੁਣ ਰੇਲ ਹੀ ਬੰਦ ਦਿਓ ਨੇ ਕੀ ਗੱਲ ਅੱਜ ਕੁਛ ਖਾਦਾ ਇਹੋ ਜਿਹਾ ਸਵਾਦ ਗ ਦੋ ਤਨਵਰੀ ਆਉਂਦੇ ਸਾਰੇ ਕਹਤਾ ਰਹਿਣਾ ਸਾਹਿਬ ਅਸਲ ਦੇ ਵਿੱਚ ਨਾ ਜਦੋਂ ਤੁਸੀਂ ਮੋਰੋ ਮੈਨੂੰ ਐ ਮਤਲਬ ਪੂਰਾ ਅੱਡਾ ਲੈਨੇ ਹੋ ਹਾਂ ਅੱਡਾ ਪੂਰਾ ਮਤਲਬ ਟੱਕਰਦੇ ਹੋ ਜਦੋਂ ਪੂਰਨ ਤੌਰ ਤੇ ਤੁਸੀਂ ਕਹਿ ਲਓ ਜ਼ਿੰਦਾਦਿਲੀ ਦੇ ਨਾਲ ਐ ਗਰਮ ਜੋਸ਼ੀ ਦੇ ਨਾਲ ਤੇ ਜਵਾਬ ਦਿੰਦੇ ਹੋ ਨਾ ਮੈਂ ਖੁਸ਼ ਹੋ ਜਾਂਦੀ ਹਾਂ ਅੱਛਾ ਜੀ ਬਸ ਇਹੀ ਕੰਮ ਚਲੋ ਤੁਸੀਂ ਵੀ ਹੁਣ ਚੱਜ ਦੇ ਵਿਚਾਰ ਨਹੀਂ ਸਾਂਝ ਪਾਓ ਅਗਲੀ ਗੱਲ ਫੇਰ ਜੀ ਮੈਂ ਨਾ ਅਸਲ ਦੇ ਵਿੱਚ ਕਹਣਾ ਸਭ ਇਨੀ ਖੁਸ਼ੀ ਖੁਸ਼ੀ ਚਾਪੜਦਾ ਚਾਹੀਦਾ ਚਾਰ ਪੌਲੇ ਬਹੁਤ ਮੁਬਾਰਕਾਂ ਇਹ ਲੋਕ ਨਹੀਂ ਅਸਲ ਦੇ ਵਿੱਚ ਜਿਹੜੇ ਕਿ ਪ੍ਰੋਗਰਾਮ ਦੀ ਜਿੰਦਜਾਨ ਨੇ ਮੈਂ ਹੁਣੇ ਦੱਸ ਦਿੰਦੀ ਇਹਨਾਂ ਨੇ ਚੱਜ ਦਾ ਵਿਚਾਰ ਭੁੱਲ ਕੇ ਤੇ ਦੱਸ ਦਿੱਤਾ ਵੀ ਭਾਈ ਇਹਨਾਂ ਦੇ ਚੇਤੇ ਦੀ ਚੰਗੇਰ ਕਿੰਨੀ ਕੁ ਕਾਮਯਾਬ ਆ ਚਲਾ ਸਭ ਚੇਤੇ ਆ ਗਿਆ ਦੇ ਵਿੱਚ ਰੋਖੇ ਦੇ ਵਿੱਚੋਂ ਇਹ ਕਿਹੋ ਜੀਆਂ ਗੱਲਾਂ ਕੁੱਛ ਕਰਦੀ ਹੈ ਤੇਰਾ ਗਾਹ ਚੇਤੇ ਆ ਗਿਆ ਐਵੇਂ ਨਾ ਭੂਮਿਕਾ ਬੰਨੋ ਅੱਛਾ ਚੇਤੇ ਆ ਗਿਆ ਮੈਨੂੰ ਚਾਹਤਾ ਵਿਚਾਰ ਮੈਂ ਅਸਲ ਦੇ ਵਿੱਚ ਇਹ ਨਾ 17 ਕਿਤੇ ਪੜੀਆਂ ਅੱਛਾ ਹੁਣੇ-ਹੁਣੇ ਪੜੀਆਂ ਮੈਂ ਕਿਹਾ ਸਾਰੀਆਂ ਨਾਲ ਮਤਲਬ ਸਾਰਿਆਂ ਨਾਲ ਸਾਂ ਕੀ ਕਰ ਲੇਗੇ ਕਹਿੰਦੇ ਜ਼ਾਇਆ ਨਾ ਕਰ ਆਪਣੇ ਲਫ਼ਜ਼ ਕਿਸੇ ਦੇ ਲਈ ਜ਼ਾਇਆ ਨਾ ਕਰ ਆਪਣੇ ਲਫ਼ਜ਼ ਕਿਸੇ ਦੇ ਲਈ ਵੀ ਬਸ ਖਾਮੋਸ਼ ਰਹਿ ਬਸ ਖਾਮੋਸ਼ ਰਹਿ ਤੇ ਦੇਖ ਤੈਨੂੰ ਸਮਝਦਾ ਕੌਣ ਹੈ ਤੇ ਦੇਖ ਤੈਨੂੰ ਸਮਝਦਾ ਕੌਣ ਹੈ ਕੀ ਬਾਤ ਹੈ ਗੱਲ ਬਣ ਗਈ ਕਿਆ ਬਾਤ ਆ ਟਾਸ ਕਿਸੇ ਦੇ ਲਈ ਆਪਣੇ ਸ਼ਬਦ ਆ ਜਿਹੜੇ ਉਹ ਜ਼ਾਇਆ ਨਾ ਕਰ ਲਫਜ਼ ਜ਼ਾਇਆ ਨਾ ਕਰ ਬਸ ਤੂੰ ਦੇਖ ਸਹੀ ਬੰਦਾ ਕੀ ਆ ਜੀ ਦੇਖ ਸਹੀ ਕੌਣ ਤਮਾਸ਼ੀ ਨਾ ਕੌਣ ਤੈਨੂੰ ਸਮਝਦਾ ਕੌਣ ਨਹੀਂ ਸਮਝਦਾ ਕਿਹੜਾ ਤੇਰੇ ਫੋੜੇ ਨੂੰ ਛਿਲਦਾ ਕਿਹੜਾ ਨਹੀਂ ਛਿਲਦਾ ਇੰਨਾ ਡੰਗਿਆ ਵਿੱਚ ਜਾਣ ਦੀ ਲੋੜ ਨਹੀਂ ਸੀ ਹੁੰਦਾ ਜਿੰਨਾ ਤੇ ਸੀ ਚਲੇ ਗਏ ਅਸਲ ਵਿੱਚ ਨਾ ਟਾਣਾ ਸਾਹਿਬ ਕਹਿੰਦੇ ਹੁੰਦੇ ਆ ਕਿ ਤੁਹਾਡਾ ਸੱਚਾ ਮਿੱਤਰ ਜਾਂ ਤੁਹਾਡਾ ਨੇੜਲਾ ਉਹੀ ਹੁੰਦਾ ਜਿਹੜੀ ਜਿਹੜਾ ਤੁਹਾਡੀ ਖਾਮੋਸ਼ੀ ਨੂੰ ਸਮਝ ਸਕਦਾ ਲਫ਼ਜ਼ਾਂ ਦੇ ਨਾਲ ਜੇਕਰ ਤੁਹਾਨੂੰ ਆਪਣੇ ਕਹਿ ਲਓ ਭਾਵਾਂ ਨੂੰ ਬਿਆਨ ਕਰਨਾ ਪਏ ਮਨੋਸਥਿਤੀ ਨੂੰ ਬਿਆਨ ਕਰਨਾ ਪਏ ਤਾਂ ਦਾ ਮਤਲਬ ਇਹ ਹੁੰਦਾ ਕਿ ਅਗਲਾ ਬੰਦਾ ਤੁਹਾਨੂੰ ਪੂਰਨ ਤੌਰ ਤੇ ਜਾਣਦਾ ਨਹੀਂ ਜਿਹੜੇ ਤੁਹਾਡੇ ਆਪਣੇ ਨੇ ਉਹ ਤੁਹਾਡੀ ਖਾਮੋਸ਼ੀ ਵੀ ਸਮਝਦੇ ਨੇ ਜਿਹੜੇ ਤੁਹਾਡੇ ਬੇਗਾਨੇ ਨੇ ਉਹ ਤੁਹਾਡੇ ਲਫ਼ਜ਼ਾਂ ਨੂੰ ਵੀ ਉਹ ਮੇਰੇ ਵੀਰ ਹੰਸਰਾ ਜੀ ਹੰਸਦਰ ਬਣਾ ਨਾ ਕਿਹੜਾ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ ਇਹ ਦੱਸਿਆ ਬਈ ਜਿਹੜੇ ਬੰਦੇ ਨੂੰ ਦੁੱਖ ਬੋਲ ਕੇ ਦੱਸਣਾ ਪਵੇ ਗੱਲ ਮੂੰਹੋਂ ਕਹਿਣੀ ਪਵੇ ਉਹ ਤੁਹਾਡਾ ਬਿੱਤਰ ਕਹਦਾ ਉਹ ਤੁਹਾਡਾ ਆਪਦਾ ਕਹਦਾ ਤੁਹਾਡੇ ਚਿਹਰੇ ਨੂੰ ਪੜ ਲਵੇ ਬੰਦਾ ਤੁਹਾਡੇ ਹਾ ਭਾਵ ਦੀ ਪਰਖ ਕਰ ਲਵੇ ਬੰਦਾ ਤੁਹਾਨੂੰ ਇਹ ਸਮਝੇ ਜੀ ਹੁਣੇ ਖੁਸ਼ ਆ ਤੁਹਾਡੇ ਦੁੱਖ ਨੂੰ ਉਹ ਇਹ ਜਾਣ ਲਵੇ ਬਿੜਾ ਦੱਸਿਆ ਵੀ ਭਾਈ ਇਹ ਅੱਜ ਕਿਸੇ ਗੱਲੋਂ ਟੁੱਟਿਆ ਹੋਇਆ ਵਾਹ ਇਹ ਅੰਦਰੋਂ ਬਲੁੰਦ ਰਿਆ ਹੋਇਆ ਇਹ ਤਿੜਕਿਆ ਹੋਇਆ ਇਹਨੂੰ ਸੰਭਾਲਣ ਦੀ ਲੋੜ ਹੈ ਇਹਨੂੰ ਸਹਾਰੇ ਦੀ ਲੋੜ ਹੈ ਇਹਨੂੰ ਪਿਆਰ ਦੀ ਗਲਬਕੜੀ ਦੇ ਵਿੱਚ ਲੈਣਾ ਗੱਲ ਉਹ ਹੁੰਦੀ ਹੈ ਮਤਲਬ ਮੇਰੇ ਨੈਣਾ ਵਿੱਚ ਵੇਖ ਕੇ ਤੂੰ ਗੱਲ ਬੁੱਝ ਲੈ ਸਾਰੇ ਉਲਝੇ ਸਵਾਲਾਂ ਦਾ ਨਹੀਂ ਹੱਲ ਬੁੱਝ ਲੈ ਤੂੰ ਹੀ ਸੋਚ ਜ਼ਰਾ ਸੋਚ ਕੇ ਮੈਂ ਕਿਉਂ ਨਹੀਂ ਹੱਸਿਆ ਦੁੱਖ ਬੋਲ ਕੇ ਜਾਂ ਦੱਸਿਆ ਤਾਕੀ ਦੱਸਿਆ ਅੱਜ ਪ੍ਰੋਗਰਾਮ ਨਹੀਂ ਪੇਸ਼ ਕਰਨਾ ਅੱਜ ਗਾਣੇ ਚੱਲਣੇ ਆ ਅੱਜ ਸਵੇਚਾਰਕ ਵਿੱਚ ਲਾਜਾਣੋ ਮੈਂ ਮਾਫੀ ਚਾਹਨੀ ਅਸਲ ਚ ਕੀ ਕਰਾ ਹਾੜ ਹੀ ਆਇਆ ਮੈਨੂੰ ਲੱਗਦਾ ਮੈਂ ਅੱਜ ਹਰਬੰਥਨ ਦੇ ਨਾਲ ਨਹੀਂ ਪਮਾ ਡੂਮੇਵਾਲ ਨਾਲ ਪ੍ਰੋਗਰਾਮ ਕਰਦਾ ਕੀ ਬਾਤ ਹੈ ਵੀ ਸ਼ੁਕਰ ਹੈ ਵੀ ਇੱਕ ਚੰਗੇ ਗਾਇਕ ਦੇ ਨਾਲ ਤੁਸੀਂ ਮੇਰੀ ਤੁਲਨਾ ਕੀਤੀ ਹੈ ਕਿਤੇ ਕਿਤੇ ਹੋਰ ਦਾ ਨਾਮ ਹੀ ਲੈਤਾ ਮੈਨੂੰ ਲੱਗ ਰਿਹਾ ਵੀ ਉਹ ਮੇਰੇ ਨਾਲ ਬੈਠਾ ਚਲੋ ਕੋਈ ਗੱਲ ਨਹੀਂ ਟਾਣਾ ਸਾਹਿਬ ਹੋਰ ਸੁਣਾਓ ਦੇਸ਼ ਦੁਨੀਆ 'ਚ ਕੀ ਕੁਝ ਚੱਲ ਰਿਹਾ ਬਹੁਤ ਵਧੀਆ ਚੱਲਦਾ ਜੀ ਹੁਣ ਮੇਰਾ ਚਾਚਾ ਦਾ ਵਿਚਾਰ ਵੀ ਆ ਲੈੰਦੇ ਹੋ ਨਾ ਉਹ ਮੈਂ ਭੁੱਲ ਗਈ ਸੀ ਮਾਫੀ ਚਾਹਨੀ ਆ ਜ਼ਰੂਰ ਅੱਖਾਂ ਵਿੱਚਲੇ ਅਥਰੂਆਂ ਦਾ ਪਾਣੀ ਕਦੇ ਬਾਹਰ ਨਾ ਟਪਕੜਦੇ ਉਹ ਕਦੇ ਬਾਹਰ ਨਾ ਨਿਕਲਦੇ ਹੋ ਜਦੋਂ ਤੱਕ ਅੱਖੀਆਂ 'ਚ ਪਾਣੀ ਹੈ ਸੱਜਣਾ ਹਾਂ ਅੱਛਾ ਚਲੋ ਕੋਈ ਗੱਲ ਨਹੀਂ ਅੱਗੇ ਦੱਸੋ ਅੱਖਾਂ ਵਿੱਚਲਾ ਪਾਣੀ ਆ ਜਿਹੜਾ ਉਹ ਬਾਹਰ ਨਾ ਨਿਕਲਣਦੇ ਉਹ ਐਂਦਾ ਅਸਲ ਦੇ ਵਿੱਚ ਇਹ ਪਾਣੀ ਮੁੜ ਕੇ ਦੇ ਰਹੇ ਆਪਣੇ ਸਰੀਰ ਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਜੀ ਅਥਰੂਆਂ ਦਾ ਕਿਤੇ ਮੁੱਲ ਨਹੀਂ ਪੈਂਦਾ ਆਹ ਤੇ ਮੁੜ ਕੇ ਦਾ ਮੁੱਲ ਜ਼ਰੂਰ ਪੈਂਦਾ ਕਿਆ ਬਾਤ ਹੈ ਟਾਣਾ ਸਾਹਿਬ ਸਿਨੀਅਰ ਆ ਬੁੱਲ ਪੈਂਦਾ ਜਿਹੜੇ ਲੋਕ ਕਿਰਤ ਕਰਦੇ ਜਿਹੜੇ ਲੋਕ ਮੁੜਕੋ ਮੁੜਕੀ ਹੁੰਦੇ ਆ ਗਿੱਚੀ ਤੋਂ ਲੈ ਕੇ ਗਿੱਟਿਆਂ ਤੱਕ ਜਿਨ੍ਹਾਂ ਨੇ ਮੁੜਕਾ ਚੋਂਦਾ ਇੱਕ ਨਾ ਇੱਕ ਦਿਨ ਉਹ ਸਫਲ ਹੁੰਦੇ ਆ ਉਹਦਾ ਗਿੱਚੀ ਇੰਨੀ ਉੱਚੀ ਨਹੀਂ ਹੁੰਦੀ ਇੱਥੇ ਹੁੰਦੀ ਹੈ ਹਾਂ ਜਿਸ ਗਿੱਚੀ ਦਾ ਇਸ਼ਾਰਾ ਗਲਤ ਕਰ ਗਏ ਚਲੋ ਜਿਵੇਂ ਵੀ ਆ ਮੇਰੀ ਗੱਲਾਂ ਤੁਹਾਡੀਆਂ 100% ਦੀ ਸਹੀ ਸੀ ਜੀ ਜੀ ਤਾਨੂੰ ਬਹੁਤ ਬਹੁਤ ਮੁਬਾਰਕਾਂ ਕਾਦੀਆਂ ਟਣਾ ਜਿੱਥੇ ਬੈਠੇ ਹੋ ਨਾ ਜੀ ਇਹ ਦੇਸ਼ ਯਾਨੀ ਕਿ ਨਿਊਜ਼ੀਲੈਂਡ ਨੇ ਕਰੋਨਾ ਮੁਕਤ ਹੋ ਗਿਆ ਅਸਲ ਦੇ ਵਿੱਚ ਮੇਰੀ ਜਿਹੜੀ ਖੁਸ਼ੀ ਹੈ ਉਹਦੇ ਪਿੱਛੇ ਕਾਰਨ ਵੀ ਇਹੀ ਹੈ ਕਿ ਵਾਕਈ ਬੜਾ ਚੰਗਾ ਲੱਗਿਆ ਕਿ ਇਹ ਮੁਲਕ ਜਿਹੜਾ ਹੈ ਇਹਨੇ ਕਰੋਨਾ ਨੂੰ ਹਰਾ ਦਿੱਤਾ ਇਹਨੇ ਜਿੱਤ ਹਾਸਲ ਕਰ ਲਈ ਹੈ ਲੈਵਲ ਯਾਨੀ ਪੱਧਰ ਪਹਿਲੇ ਦੇ ਉੱਪਰ ਹੀ ਆ ਗਿਆ ਮੁਲਕ ਔਰ ਹੁਣ ਜਿਹੜਾ ਅਖੀਰਲਾ ਕਹਿੰ ਲੋ ਪੇਸ਼ੈਂਟ ਮਰੀਜ਼ ਵੀ ਸੀਗਾ ਕਰੋਨਾ ਦਾ ਉਹ ਵੀ ਸਿਹਤਯਾਬ ਹੋ ਕੇ ਵਾਪਸ ਆਪਣੇ ਘਰੇ ਚਲਾ ਗਿਆ ਮੈਂ ਤੁਹਾਨੂੰ ਦੱਸ ਦਾਂ ਜੀ ਕਿ 18 ਦਿਨਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਕੋਈ ਨਵਾਂ ਕੇਸ ਨਹੀਂ ਆਇਆ ਜੀ ਜਿਹੜਾ ਇੱਕ ਕੇਸ ਸੀ ਪਿਛਲੇ ਕਈ ਦਿਨਾਂ ਤੋਂ ਕਈ ਹਫ਼ਤਿਆਂ ਤੋਂ ਉਹ ਵੀ ਤੰਦਰੁਸਤ ਹੋ ਕੇ ਤੇ ਆਪਦੇ ਘਰ ਨੂੰ ਪਰਤ ਗਿਆ। ਇਥੋਂ ਦੀ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਡਨ ਨੇ ਇਹ ਗੱਲ ਕਹੀ ਹੈ ਜੀ ਕਿ ਦੇਸ਼ ਸਾਡਾ ਕਰੋਨਾ ਮੁਕਤ ਹੋ ਗਿਆ। ਉਹ ਬੜੇ ਅੱਜ ਖੁਸ਼ੀ ਵਾਲੇ ਰੌਣ ਦੇ ਵਿੱਚ ਸੀ। ਉਹਨਾਂ ਦਾ ਅੱਜ ਹਾਸਾ ਆਪ ਮੁਹਾਰੇ ਨਿਕਲਦਾ ਸੀ। ਉਹ ਗਦਗਦ ਸੀ ਅੰਦਰੋਂ। ਜੀ। ਸਾਡੇ ਦੇਸ਼ ਦੇ ਵਿੱਚ ਵੀ ਇਵੇਂ ਹੋ ਜੇ। ਵਾਹ। ਅਸੀਂ ਵੀ ਹੱਸ ਗਏ। ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਹੱਸਣ ਤੇ ਅਸੀਂ ਸਾਰੇ ਵੀ ਨਾਲ ਠਹਾਕੇ ਲਾ ਕੇ ਹੱਸ ਗਏ। ਤਾਂ ਗੱਲ ਬਣ ਜੇ। ਪਰ ਉਧਰੋਂ ਸਿਰਫ ਰਾਏ ਆਉਂਦੀਆਂ ਇੱਧਰ ਸਿਰਫ ਕੰਮ ਕੀਤਾ ਗਿਆ ਮੈਨੂੰ ਇਹੋ ਲੱਗਦਾ ਹੈ ਕਿ ਜਿਹੜਾ ਮਿਸ਼ਨ ਫਤਿਹ ਗਾਣਾ ਜਿਹੜਾ ਗੀਤ ਲਾਂਚ ਕੀਤਾ ਗਿਆ ਜਾਰੀ ਕੀਤਾ ਗਿਆ ਉਹ ਸ਼ਾਇਦ ਨਿਊਜ਼ੀਲੈਂਡ ਲਈ ਜਾਰੀ ਕੀਤਾ ਗਿਆ ਹਾਂ ਗੱਲ ਇਹ ਅਸਲ ਦੇ ਵਿੱਚ ਹਰਮਨਜੀਤ ਕੇ ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਤੇ ਬਾਕੀ ਰਹਿ ਕੇ ਹਾਲ ਪੁੱਛਦੇ ਇੱਧਰ ਲਿਆਂਦੇ ਨਿਊਜ਼ੀਲੈਂਡ ਵਾਲਿਆਂ ਨੇ ਬਾਜ਼ੀ ਮਾਰ ਲਈ ਹੈ ਤੇ ਉਧਰ ਸਾਡੇ ਵਾਲੇ ਪਾਸੇ ਜਿੱਥੇ ਅਸੀਂ ਜਾਣਾ ਜਿੱਥੇ ਸਾਨੂੰ ਇਕਾਂਤ ਵਾਸਤੇ ਵਿੱਚ ਰੱਖਣਾ ਉੱਥੇ ਵੀ ਬਾਜ਼ੀ ਵੱਜੇ ਇਹਦੇ ਵਰਗੀ ਰੀਸ ਕੋਈ ਨਹੀਂ ਹੋਣੀ ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੋ ਗਈ ਹੈ ਕਿ ਤਾੜੀਆਂ ਵਜਾਉਣ ਦੇ ਨਾਲ ਹਾਰ ਦੀਆਂ ਖੜਕਾਉਂਦੇ ਨਾਲ ਮੋਮਬੱਤੀਆਂ ਜਗਾਉਣ ਦੇ ਨਾਲ ਪ੍ਰੋਨਾ ਨਹੀਂ ਮਰਦਾ ਤੰਦਰੁਸਤੀ ਨਹੀਂ ਆਉਂਦੀ ਕੰਮ ਸੱਚੀਆਂ ਨੀਤਾਂ ਦੇ ਨਾਲ ਕਰਨ ਦੇ ਨਾਲ ਸਾਰਾ ਮਸਲਾ ਹੱਲ ਹੁੰਦਾ ਤਾੜੀਆਂ ਤੇ ਥਾਲੀਆਂ ਨਾਲ ਟਿੱਡੀ ਦਾਲ ਜ਼ਰੂਰ ਭਜਦਾ ਪਰ ਕਰੋਨਾ ਨਹੀਂ ਬਿਲਕੁਲ ਸਹੀ ਜੀ ਸਾਨੂੰ ਫਰਕ ਮਹਿਸੂਸ ਕਰਨਾ ਪਊਗਾ ਕਿਉਂਕਿ ਟਿੱਡੀ ਦਾਲ ਭਜਾਉਣ ਦੇ ਲਈ ਸਵਾਏ ਤਾੜੀਆਂ ਦੇ ਤੇ ਸਵਾਏ ਥਾਲੀਆਂ ਦੇ ਸਾਡੇ ਕੋਲ ਹੋਰ ਕੋਈ ਹੱਲ ਹੈ ਨਹੀਂ ਤੇ ਕਰੋਨਾ ਭਜਾਉਣ ਦੇ ਲਈ ਤਾੜੀਆਂ ਤੇ ਥਾਲੀਆਂ ਕੋਈ ਹੱਲ ਨਹੀਂ ਇਹਦੇ ਨਾਲ ਲੜਨਾ ਪਊਗਾ ਬਿਲਕੁਲ ਸਹੀ ਗੱਲ ਹੈ ਤੇ ਜੇਕਰ ਸਾਡੇ ਦੇਸ਼ ਦੀਆਂ ਭਾਰਤ ਦੀਆਂ ਸਰਕਾਰਾਂ ਕਿਸੇ ਵੀ ਪਾਰਟੀ ਦੀ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਜੀ ਉਹ ਵੀ ਸੁਹਿਰਦ ਹੋ ਜਾਣ ਨਿਊਜ਼ੀਲੈਂਡ ਦੀ ਸਰਕਾਰ ਦੇ ਵਾਂਗ ਹਾਂ ਉਥੋਂ ਦੇ ਲੋਕ ਵੀ ਸਮੇਤ ਸਾਡੇ ਸੁਹਿਰਦ ਹੋ ਜਾਣ ਨਿਊਜ਼ੀਲੈਂਡ ਦੇ ਲੋਕਾਂ ਦੇ ਵਾਂਗ ਤਾਂ ਮਸਲੇ ਸਾਰੇ ਹੱਲ ਹੋ ਜਾਣੇ ਆ ਪਰ ਅਸੀਂ ਨਾ ਇਹ ਗੱਲ ਕਹਿੰਦੇ ਆ ਸਰਕਾਰਾਂ ਕਰਨ ਸਰਕਾਰ ਕਹਿੰਦੀ ਲੋਕਰਨ ਬਸ ਇਸੇ ਚੱਕਰ ਦੇ ਵਿੱਚ ਉਲਝੇ ਪਏ ਨੇ ਜ਼ਿੰਮੇਵਾਰੀ ਕੋਈ ਨਹੀਂ ਨਿਭਾਉਂਦਾ ਸਾਡੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ 10000 ਹਰ ਰੋਜ਼ ਨਵਾਂ ਕੇਸ ਆ ਰਿਹਾ ਪੌਣੇ 3 ਲੱਖ ਦੇ ਕਰੀਬ ਕੇਸ ਹੋ ਗਏ ਭਾਰਤ ਦੇ ਵਿੱਚ ਤੇ ਅਸੀਂ ਹਾਲੇ ਕਹਿੰਦੇ ਵੀ ਤੰਦਰੁਸਤੀ ਕਾ ਤੋਂ ਪਾਠ ਪੜਾ ਹੈ ਕੋਰੋਨਾ ਨੇ ਐਸੇ ਕਰ ਦਿਆ कोरोना ਕੋ ਖਤਮ ਕਰ ਦੇਗੇ ਐ ਨਹੀਂ ਖਤਮ ਹੋਣਾ ਭਾਈ ਇੱਕ ਮੇਰੀ ਬੇਨਤੀ ਹੋਰ ਹੈ ਹਰਮਨ ਜੀ ਜਿਹੜੀ ਕਿ ਸਾਰੇ ਦਰਸ਼ਕਾਂ ਨਾਲ ਸਾਂਝੀ ਕਰਨੀ ਬਣਦੀ ਆ ਇਸ ਵਾਇਰਸ ਨੇ ਜਿਹੜਾ ਕਿ ਕਿਸਦਾ ਨਹੀਂ ਇਹਨੇ ਸਾਨੂੰ ਮੂੰਹ ਢਕਣ ਵਾਸਤੇ ਮਜਬੂਰ ਕਰਤਾ ਸਾਡੇ ਮੂੰਹ ਦੇ ਉੱਤੇ ਮਾਸਕ ਪਹਿਨਣਾ ਪੈਂਦਾ ਹਮ ਪਰ ਜੇਕਰ ਹਾਲਾਤ ਇਹੀ ਰਹੇ ਤੇ ਜੇਕਰ ਅਸੀਂ ਭਾਰਤ ਦੇ ਵਿੱਚ ਉਹ ਦਰਖਤਾਂ ਜਿਹੜੇ ਉਹ ਨਾ ਕੱਟਣੋਂ ਵੱਢਣੋਂ ਰੁਕੇ ਤਾਂ ਇੱਕ ਨਾ ਇੱਕ ਦਿਨ ਸਾਡੀ ਪਿੱਠ ਦੇ ਉੱਤੇ ਸਿਲੰਡਰ ਵੀ ਟੰਗਿਆ ਦੇਖੋਗੇ ਸਾਰੇ ਇਸ ਕਰਕੇ ਦਰਖਤ ਬਚਾ ਕੇ ਵਾਤਾਵਰਨ ਬਚਾਈਏ ਜੀ ਜਰੂਰ ਸੋਚ ਬਦਲੋ ਜਹਾਂ ਜ਼ਰੂਰ ਬਦਲੇਗਾ ਦਰਖਤਾਂ ਦੇ ਦੋਸਤ ਬਣੀਏ ਦੁਸ਼ਮਣ ਨਹੀਂ ਸਰ ਆਪ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪਾਕਿਸਤਾਨ ਦੀ ਅੱਛਾ ਜੀ ਆਪਣੇ ਕਹਿ ਲਓ ਵੀ ਗਵਾਂਡੀ ਦੇਸ਼ ਦੀ ਗਵਾਂਡੀ ਦੇਸ਼ ਦੀ ਕਹਿ ਲਓ ਜਾਂ ਚਾਚੇ ਤਾਏ ਦੇ ਪੁੱਤ ਭਰਾਇਆਂ ਆਪਾਂ ਉਹਨਾਂ ਦੀ ਗੱਲ ਕਰਦੇ ਉਹ ਤੋਂ ਬੜੀ ਹਰਟਾਂ ਵੀ ਤਾਂ ਆਪਣੀਆਂ ਇੱਕੋ ਜੀਆਂ ਐ ਨਾ ਸਾਡਾ ਸੱਭਿਆਚਾਰ ਇੱਕੋ ਜਾਂ ਸਾਡੀਆਂ ਹੀਰਾ ਫੇਰੀਆਂ ਇੱਕੋ ਜੀਆਂ ਸਾਡੀ ਬੋਲੀ ਇੱਕੋ ਜੀ ਸਾਡੀ ਰਾਜਨੀਤੀ ਇੱਕੋ ਜੀ ਸਾਡੀਆਂ ਚੋਰ ਮੋਰੀਆਂ ਇੱਕੋ ਜੀਆਂ ਸਭ ਕੁਝ ਸਾਡਾ ਲਗਭਗ ਇੱਕੋ ਜਾਂ ਜੀ ਤੇ ਲਗਭਗ ਖਬਰਾਂ ਵੀ ਇੱਕੋ ਜੀਆਂ ਸਾਹਮਣੇ ਆਉਂਦੀਆਂ ਨੇ ਤੁਸੀਂ ਵੇਖਿਆ ਹੋਵੇਗਾ ਕਿ ਥੋੜਾ ਸਮਾਂ ਪਹਿਲਾਂ ਭਾਰਤ ਦੇ ਵਿੱਚ ਵੀ ਇਹੋ ਜੀ ਖਬਰ ਸਾਹਮਣੇ ਆਈ ਸੀ ਕਿ ਇੱਕ ਪਤਨੀ ਬੱਕਰੀ ਕਿ ਇੱਕ ਕਹੋ ਭੇਡ ਜਿਹੜੀ ਆ ਪੁਲਿਸ ਵੱਲੋਂ ਕਾਬੂ ਕੀਤੀ ਗਈ ਸੀ ਕਿਸੇ ਜੁਰਮ ਦਾ ਕਰਕੇ ਤੇ ਹੁਣ ਪਾਕਿਸਤਾਨ ਦੇ ਵਿੱਚ ਇੱਕ ਗਧੇ ਨੂੰ ਕਹਿੰਦੇ ਪੁਲਿਸ ਵਾਲਿਆਂ ਨੇ ਕਾਬੂ ਕੀਤਾ ਨਹੀਂ ਗਧਾ ਬੰਦੇ ਦਾ ਨਾ ਜਾਂ ਕੀ ਉਹ ਗਧਾ ਗਧਾ ਹੁੰਦਾ ਟੈਣਾ ਸਾਹਿਬ ਨਹੀਂ ਮੈਂ ਹੁਣ ਪੁਲਿਸ ਨੇ ਜੇਕਰ ਗਧਾ ਕਾਬੂ ਕੀਤਾ ਜੀ ਤੇ ਗਧੇ ਨੇ ਕੀ ਕੀਤਾ ਇਹ ਦੱਸੋ ਪਹਿਲਾਂ ਗਧੇ ਨੇ ਜੂਆ ਖੇਡਿਆ ਗਧੇ ਨੇ ਜੂਆ ਖੇਡਿਆ ਹੈ ਹੈ ਉਹ ਕਰਕੇ ਨਹੀਂ ਉਹ ਕਿਵੇਂ ਖੇਡ ਗਿਆ ਮੈਨੂੰ ਕੀ ਪਤਾ ਹੈ ਨਾ ਪੁਲਿਸ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਨੇ ਕਾਬੂ ਕੀਤਾ ਖਬਰ ਤੁਸੀਂ ਲੈ ਕੇ ਆਏ ਆ ਪਹਿਲਾਂ ਮੈਂ ਪਾਕਿਸਤਾਨ ਜਾਵਾਂ ਕਿੱਥੋਂ ਜਾਣੀ ਸਕੇ ਹਲੇ ਤੱਕ ਮੈਂ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਸਹੀ ਗੱਲ ਹੈ ਕਹਿੰਦੇ ਵੀ 8 ਬੰਦੇ ਨਾਲ ਇੱਕ ਗਧਾ ਹਾਂ ਕਾਬੂ ਕੀਤਾ ਗਿਆ ਪੁਲਿਸ ਵਾਲਿਆਂ ਦੇ ਵੱਲੋਂ ਇਹ ਬੰਦਿਆਂ ਦੇ ਕੋਲੋਂ 1 ਲੱਖ ਤੋਂ ਵੱਧ ਦੀ ਜਿਹੜੀ ਰਕਮ ਆ ਉਹ ਵੀ ਬਰਾਬਰਦ ਕੀਤੀ ਗਈ ਹੈ ਇਹ ਕਹਿੰਦੇ ਜੂਆ ਖੇਡਦੇ ਸੀ ਵੇਦੀ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਗਧੇ ਦਾ ਨਾਮ ਵੀ ਹੈ ਨਹੀਂ ਗਦਾ ਵਿੱਚ ਲਿਖਿਆ ਹੋਣਾ ਗਧੇ ਦਾ ਨਾਮ ਥੋੜੀ ਕੋਈ ਰੱਖਿਆ ਹੋਣਾ ਮਤਲਬ ਹੁਣ ਗਦਾ ਤਾਂ ਗਦਾ ਹੀ ਹੈ ਵੀ ਜੌਨਸਨ ਥਾਮਸਨ ਉਹਦਾ ਨਾਮ ਥੋੜੀ ਰੱਖਤਾ ਨਹੀਂ ਨਹੀਂ ਮਤਲਬ ਉਹਨਾਂ ਨੇ ਗਧੇ ਦਾ ਨਾਮ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਤੇ ਉਹਨੂੰ ਥਾਣੇ ਦੇ ਬਾਹਰ ਲਿਆ ਕੇ ਬੰਨ ਲਿਆ ਹਾਂ ਹੁਣ ਉਹਦਾ ਮੈਨੂੰ ਲੱਗਦਾ ਬਿਆਨ ਲੈਣਗੇ ਵੀ ਦੱਸ ਭਈ ਕਿੰਨੇ ਪੈਸੇ ਜਿੱਤੇ ਕਿੰਨੇ ਹਾਰੇ ਕਿਵੇਂ ਖੇਡਦਾ ਸੀ ਕਿੱਥੋਂ ਖੇਡਣਾ ਸਿੱਖਿਆ ਅੱਜ ਨਹੀਂ ਤਾਂ ਕੱਲ ਨੂੰ ਗਧੇ ਨੂੰ ਜ਼ਮਾਨਤ ਮਿਲ ਜਾਣੀ ਆ ਬਾਕੀ ਲੋਕਾਂ ਦੇਵਾ ਓਕੇ ਮੈਂ ਤੇ ਗਦਾ ਵੀ ਆਪਦੇ ਟੱਬਰ ਦੇ ਵਿੱਚ ਜਾ ਕੇ ਗਦੀ ਦੇ ਕੋਲੇ ਜਾ ਕੇ ਕਹੂਗਾ ਨਿੱਤ ਥਾਣੇ ਕਚਹਿਰੀਆਂ ਚ ਨਾ ਬੋਲਦਾ ਨੀ ਤੇਰੇ ਵੈਲੀ ਯਾਰ ਦਾ ਫੇਰ ਕਣ ਹਾਂ ਕਹਣਾ ਸਾਹਿਬ ਅੱਜ ਗੀਤ ਸੰਗੀਤ ਨਾਲ ਨੱਚਦਾ ਮੈਨੂੰ ਹੈਰਾਨੀ ਹੁੰਦੀ ਦੇਖੋ ਗੱਲ ਇਹ ਆ ਵੀ ਜਿਹੜੇ ਪੁਲਿਸ ਵਾਲਿਆਂ ਨੇ ਨਾ ਇਹ ਗਦੇ ਨੂੰ ਵੀ ਐਫ ਆਈ ਆਰ ਦੇ ਵਿੱਚ ਸ਼ਾਮਿਲ ਕੀਤਾ ਉਹਨਾਂ ਨੂੰ ਨਾ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਜੀ ਜ਼ਰੂਰ ਮਿਲਣਾ ਚਾਹੀਦਾ ਇੰਨੇ ਮਹਾਨ ਪੁਲਿਸ ਵਾਲੇ ਹਮ ਕਮਾਲ ਕੀਤੀ ਪਈ ਆ ਇਹ ਅਸਲ ਦੇ ਵਿੱਚ ਨਾ ਜਿਹੜਾ ਪਾਕਿਸਤਾਨ ਦੇ ਵਿੱਚਲਾ ਪੰਜਾਬ ਸੂਬਾ ਹੈ ਉੱਥੋਂ ਇਹ ਖਬਰ ਆਈ ਹੈ ਤੇ ਮੈਂ ਵੀ ਇਸ ਖਬਰ ਨੂੰ ਪੜ੍ਹ ਕੇ ਹੈਰਾਨ ਹੋ ਗਈ ਸੀ ਵੀ ਇਦਾਂ ਵੀ ਹੁੰਦਾ ਹੁੰਦਾ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਨਾ ਰਹੀਮ ਯਾਰ ਖਾਨ ਇਲਾਕਾ ਹੈ ਜਿੱਥੋਂ ਦੀ ਇਹ ਖਬਰ ਹੈ ਟਾਣਾ ਸਾਹਿਬ ਸੋ ਗਧਿਆਂ ਦੇ ਉੱਪਰ ਵੀ ਐਫ ਆਈ ਆਰਸ ਦਰਜ ਹੋਣ ਲੱਗੀਆਂ ਬਈ ਕਮਾਲ ਹੋਈ ਪਈ ਆ ਜੀ ਬੰਦਿਆਂ ਦੀ ਅਪਾਰ ਸਫਲਤਾ ਤੋਂ ਬਾਅਦ ਗਧਿਆਂ ਦੀ ਵਾਰੀ ਆਈ ਹੈ ਹੁਣ ਗਧੇ ਦੇ ਨਾਲ ਇੱਕ ਹੋਰ ਗਦਾ ਸ਼ਾਮਲ ਕੀਤਾ ਨੌ ਗਧੇ ਹੋ ਗਏ ਜਾਂ ਅੱਠ ਬੰਦੇ ਤੇ ਗਦਾ ਸੀ ਇਹਦੇ ਬਾਬਤ ਅਸੀਂ ਕੁਝ ਨਹੀਂ ਕਹਿ ਸਕਦੇ ਉਥੋਂ ਦੀ ਪੁਲਿਸ ਦੱਸ ਸਕਦੀ ਆ ਪਰ ਮੈਨੂੰ ਇੱਕ ਗੱਲ ਚੇਤੇ ਆ ਗਈ ਇੱਕ ਬੰਦਾ ਨੇ ਇੱਕ ਕੱਟਾ ਲਈ ਜਾਵੇ ਉਹਨੇ ਸੰਗਲ ਹੱਥ ਦੇ ਵਿੱਚ ਫੜਿਆ ਤੇ ਕੱਟੇ ਨੂੰ ਨਾਲ ਤੋਰੀ ਜਾਵੇ ਇੱਕ ਬੰਦਾ ਕਹਿੰਦਾ ਓਏ ਹੂੰ ਦਦਾ ਕਿਧਰ ਲੈ ਕੇ ਚੱਲਿਆ ਅੱਛਾ ਜੀ ਉਹ ਕਹਿੰਦਾ ਅੰਨਾ ਕੱਟਾ ਕਹਿੰਦਾ ਮੈਂ ਕੱਟੇ ਨੂੰ ਪੁੱਛਿਆ ਵਾਕਈ ਗੱਲ ਤੁਹਾਡੀ ਸਹੀ ਹੈ ਤੇ ਹੁਣ ਆਪ ਅਗਲੀ ਖਬਰ ਵੱਲ ਨੂੰ ਚਲੀਏ ਕਹਿੰਦਾ ਸਾਹਿਬ ਬਿਲਕੁਲ ਜੀ ਮੈਨੂੰ ਇਹ ਦੱਸੋ ਵੀ ਕਦੀ ਕਿਸੇ ਧਾਰਮਿਕ ਥਾਂ ਦੇ ਉੱਪਰ ਕਿਸੇ ਹੋਰ ਸਮਾਗਮ ਦੇ ਵਿੱਚ ਆਪਣੀਆਂ ਚੱਪਲਾਂ ਗਵਾਈਆਂ ਨੇ ਤੁਸੀਂ ਜੁੱਤੀ ਕਦੀ ਚੋਰੀ ਹੋਈ ਹੈ ਤੁਹਾਡੀ ਬਿਲਕੁਲ ਬਿਲਕੁਲ ਮੈਂ ਇੱਕ ਵਾਰੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਅੱਛਾ ਜੀ ਜਦੋਂ ਉਹ ਬਾਹਰ ਆਇਆ ਗਰੀਬ ਦਾ ਜਹਾਨ ਲੁੱਟਿਆ ਗਿਆ ਇੱਕੋ ਵਾਰ ਬਸ ਨਹੀਂ ਇੱਕੋ ਵਾਰ ਮੈਂ ਐਵੇਂ ਕਤੋਂ ਝੂਠ ਬੋਲਾਂ ਇੱਕ ਵਾਰ ਮੇਰਗਾ ਚੱਪਲਾਂ ਚੋਰੀ ਹੋਈਆਂ ਚੱਪਲਾਂ ਵੀ ਮੈਂ ਨਵੀਆਂ ਹੀ ਲੰਗੀਆਂ ਸੀ ਬੁਲਸ਼ਨ ਕੰਪਨੀ ਦੀਆਂ ਚੱਪਲਾਂ ਹੂੰ 60 ਰੁਪਈਆਂ ਦੀਆਂ ਲਈਆਂ ਬਸ ਗੁਰਦੁਆਰੇ ਚ ਫਰਰ ਹੋ ਗਿਆ ਕੋਈ ਬਸ ਤੁਸੀਂ ਜ਼ਿਆਦਾ ਨਹੀਂ ਕੁਛਣ ਗੈਲੀ ਵਰਤਦੇ ਕਿਉਂ ਤੁਹਾਡੀਆਂ ਚੀਜ਼ਾਂ ਬੜੀਆਂ ਚੋਰੀ ਹੁੰਦੀਆਂ ਫੋਨ ਤੁਹਾਡਾ ਚੋਰੀ ਹੋਇਆ ਮੋਟਰਸਾਈਕਲ ਤੁਹਾਡਾ ਚੋਰੀ ਹੋਇਆ ਚੱਪਲਾਂ ਵੀ ਹੁਣ ਤੁਸੀਂ ਗਵਾਈਆਂ ਹੋਈਆਂ ਨੇ ਨਹੀਂ ਹੁਣ ਮੈਂ ਚੱਪਲਾਂ ਜੇਬ ਚ ਪਾ ਲਿਆ ਕਰ ਨਹੀਂ ਜ਼ਿੰਦਗੀ ਚ ਚੱਲ ਨਹੀਂ ਫੇਟਕਾਂ ਲੈ ਕੇ ਕਰ ਤਾਲਾ ਲੈ ਕੇ ਜਾਇਆ ਕਰੋ ਵਾਹ ਐਨੀ ਸਿਆਣੀ ਗੱ ਕਦੇ ਕਦਾਈ ਸੁਣਨ ਨੂੰ ਮਿਲਦੀ ਆ ਅੱਜ ਮਿਲੀ ਆ ਮੇਰਾ ਜੀਵਨ ਸਫਲਾ ਹੋ ਗਿਆ ਬਿਲਕੁਲ ਹੋ ਗਿਆ ਪਰ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹੁਤ ਸਾਰੀਆਂ ਧਾਰਮਿਕ ਥਾਵਾਂ ਤੇ ਹੋਰ ਸਮਾਗਮਾਂ ਦੇ ਵਿੱਚ ਆਪਣੀ ਜੁੱਤੀ ਜਿਹੜੀ ਉਹ ਗਵਾ ਕੇ ਆਉਂਦੇ ਨੇ ਹੈਨਾ ਇਹ ਖਬਰਾਂ ਭਾਵੇਂ ਹੀ ਸੁਣਦੇ ਰਹੇ ਆ ਪਰ ਤੁਹਾਨੂੰ ਪਤਾ ਵੀ ਹੁਣ ਪਹਿਲਾ ਚੱਪਲ ਬੈਂਕ ਸਥਾਪਿਤ ਕੀਤਾ ਗਿਆ ਕਿੱਥੇ ਚਾਰ ਖੰਡ ਦੇ ਵਿੱਚ ਭਾਰਤ ਦੇ ਵਿੱਚ ਮਤਲਬ ਜੀ ਮੈਂ ਤਾਂ ਹੈਰਾਨ ਆ ਵੀ ਜਿਹੜੀਆਂ ਪੈਸੇ ਵਾਲੀਆਂ ਬੈਂਕਾਂ ਉਹ ਤਾਂ ਲਗਾਤਾਰ ਭੱਜੀ ਜਾਂਦੀਆਂ ਭਗੌੜਾ ਹੋਈ ਜਾਂਦੀਆਂ ਕਦੇ ਯੈਸ ਬੈਂਕ ਦੀ ਖਬਰ ਕਦੇ ਕੁਛ ਖਬਰ ਕਦੇ ਕੋਈ ਖਬਰ ਆ ਚਪਲਾਂ ਵਾਲੀ ਬੈਂਕ ਬਾਕੀ ਸੀ ਚਲੋ ਨਹੀਂ ਪਰ ਇਹਨੂੰ ਖੋਲਣ ਦੇ ਪਿੱਛੇ ਮਕਸਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਆਪਾਂ ਨੂੰ ਵੀ ਸੜਕਾਂ ਦੇ ਉੱਪਰ ਦੇਖ ਜਾਂਦੇ ਨੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਹੁੰਦੀ ਚਾਹੇ ਤਪਦੀ ਧੁੱਪ ਹੋਵੇ ਤੇ ਚਾਹੇ ਠੰਡੀ ਠਾਰ ਹੋਵੇ ਉਹਨਾਂ ਦੀਆਂ ਜਿਹੜੀਆਂ ਚਪਲਾਂ ਨੇ ਉਹ ਨਹੀਂ ਹੁੰਦੀਆਂ ਉਹਨਾਂ ਦੇ ਪੈਰਾਂ ਦੇ ਵਿੱਚ ਉਹ ਵਿਚਾਰੇ ਨੰਗੇ ਪੈਰੀ ਆਪਣੀ ਜ਼ਿੰਦ ਕਰਦੇ ਨੇ ਸੋ ਇਹੋ ਜੇ ਲੋਕਾਂ ਦੇ ਲਈ ਇਹ ਜਿਹੜਾ ਚੱਪਲ ਬੈਂਕ ਆ ਉਹ ਕੋਜੈਕ ਸੰਸਥਾਵਾਂ ਦੇ ਵੱਲੋਂ ਸਥਾਪਿਤ ਕੀਤਾ ਗਿਆ ਜਿੱਥੇ ਕਹਿੰਦੇ ਹਰੇਕ ਲੋੜਵੰਦ ਨੂੰ ਅਸੀਂ ਜਿਹੜੀ ਜੁੱਤੀ ਹੈ ਉਹ ਜ਼ਰੂਰ ਮੁਹੱਈਆ ਕਰਵਾਵਾ ਦੇਖੋ ਹਰਮਨ ਜੀ ਇਹ ਤਾਂ ਬੜੀ ਚੰਗੀ ਗੱਲ ਆ ਮਜ਼ਾਕ ਇੱਕ ਪਾਸੇ ਪਰ ਇਹੋ ਜੀ ਸੇਵਾ ਦੀ ਅਸਲ ਅਰਥਾਂ ਦੇ ਵਿੱਚ ਲੋੜ ਆ ਹੁਣ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਕਿਤਾਬ ਬੈਂਕ ਸ਼ੁਰੂ ਕੀਤੀ ਆ ਮੈਂ ਨਾ ਕਈ ਥਾਵਾਂ ਤੇ ਖਬਰਾਂ ਪੜੀਆਂ ਪੰਜਾਬ ਦੇ ਵਿੱਚ ਵੀ ਸਾਡੇ ਕਈ ਦੋਸਤ ਆ ਜਿਨ੍ਹਾਂ ਨੇ ਇਸ ਗੱਲ ਦੀ ਸ਼ੁਰੂਆਤ ਕੀਤੀ ਆ ਉਹਨਾਂ ਨੇ ਫੇਸਬੁੱਕ ਦੇ ਉੱਤੇ ਮੁਹਿੰਮ ਚਲਾਈ ਆ ਕਿ ਅਸੀਂ ਕਿਤਾਬ ਬੈਂਕ ਸ਼ੁਰੂ ਕੀਤੀ ਹੈ ਜਦੋਂ ਵੀ ਤੁਹਾਡੀ ਕਲਾਸ ਮੁਕੰਮਲ ਹੋ ਜਾਂਦੀ ਹੈ ਤੁਸੀਂ ਅਗਲੀ ਜਮਾਤ ਦੇ ਵੱਲ ਵਧਦੇ ਆ ਤਾਂ ਆਪਣੀਆਂ ਜਿਹੜੀਆਂ ਕਿਤਾਬਾਂ ਨਹੀਂ ਵਰਤੀਆਂ ਹੋਈਆਂ ਉਹ ਸਾਨੂੰ ਦੇ ਦਿਓ ਤੇ ਅਸੀਂ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਜਿਨ੍ਹਾਂ ਨੂੰ ਇਹ ਕਿਤਾਬਾਂ ਚਾਹੀਦੀਆਂ ਫਿਰ ਜਿਹੜੇ ਲੋੜਵੰਦ ਲੋਕ ਆ ਉਹਨਾਂ ਨਾਲ ਸੰਪਰਕ ਕਰਦੇ ਆ ਤੇ ਉਹ ਕਿਤਾਬਾਂ ਉਹਨਾਂ ਨੂੰ ਮੁਹੱਈਆ ਕਰਵਾ ਦਿੰਦੇ ਕਈ ਲੋਕਾਂ ਨੇ ਲੀੜਿਆਂ ਦੀ ਬੈਂਕ ਇਦਾਂ ਸ਼ੁਰੂ ਕੀਤੀ ਆ ਕਿਸੇ ਨੇ ਕੋਈ ਬੈਂਕ ਤੇ ਆ ਜਿਹੜੀ ਚੱਪਲ ਬੈਂਕ ਆ ਪਾਈ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਵੀ ਸ਼ੁਰੂਆਤ ਹੋਣੀ ਚਾਹੀਦੀ ਹੈ ਕਿਉਂਕਿ ਤਪਦੀ ਗਰਮੀ ਦੇ ਵਿੱਚ ਜਦੋਂ ਧਰਤੀ ਦੇ ਵਿੱਚੋਂ ਸਾੜ ਨਿਕ ਤਲੀ ਧਰੀ ਨਹੀਂ ਜਾਂਦੀ ਪੈਰ ਨਹੀਂ ਧਰਿਆ ਜਾਂਦਾ ਧਰਤੀ ਦੇ ਉੱਤੇ ਉਦੋਂ ਕਈ ਗਰੀਬ ਲੋਕ ਆ ਜਿਹੜੇ ਉਹ ਚਪਲਾਂ ਤੋਂ ਜੁੱਤੀ ਤੋਂ ਵਾਂਝੇ ਹੁੰਦੇ ਆ ਸਾਨੂੰ ਇਹੋ ਜਿਹਾ ਦਾਨ ਵੀ ਕਰਨੀ ਚਾਹੀਦੇ ਬਿਲਕੁਲ ਸਹੀ ਆ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ ਉਹ ਕਹਿੰਦੇ ਆ ਨਾ ਵੀ ਜੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਦੇ ਸੋ ਜਦੋਂ ਤੁਹਾਨੂੰ ਲੱਗਦਾ ਵੀ ਅਸੀਂ ਇਸ ਕਾਬਲ ਆ ਤਾਂ ਜ਼ਰੂਰ ਸਾਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਝਾਰਖੰਡ ਦੇ ਤਨਬਾਦ ਦੇ ਵਿੱਚ ਸ਼ੁਰੂਆਤ ਹੋਈ ਹੈ ਮੈਂ ਤਾਂ ਇਹ ਚਾਹੁੰਨੀ ਆ ਪੂਰੀ ਦੁਨੀਆ ਦੇ ਵਿੱਚ ਖੈਰ ਪੂਰੇ ਭਾਰਤ ਦੇ ਵਿੱਚ ਤਾਂ ਜ਼ਰੂਰੀ ਤੌਰ ਦੇ ਉੱਪਰ ਇਹ ਜਿਹੜੀ ਸ਼ੁਰੂਆਤ ਹੈ ਹੋਣੀ ਚਾਹੀਦੀ ਹੈ ਕਿਉਂਕਿ ਮਨ ਬੜਾ ਦੁਖੀ ਹੁੰਦਾ ਹੈ ਜਦੋਂ ਅਸੀਂ ਕਿਸੇ ਖਾਸ ਤੌਰ ਬੱਚੇ ਨੂੰ ਕਿਸੇ ਹੋਰ ਨੌਜਵਾਨ ਨੂੰ ਬਿਨਾਂ ਜੁੱਤੀ ਤੋਂ ਸੜਕ ਦੇ ਉੱਪਰ ਵੇਖਦੇ ਆ ਸੋਚੋ ਕਿੰਨਾ ਵੱਡਾ ਮਜਬੂਰ ਹੋਏਗਾ ਉਹ ਕਿ ਉਹਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈ ਹਣਾ ਸੋ ਇਹੋ ਜਿਹੇ ਲੋਕਾਂ ਨੂੰ ਜਿਹੜੇ ਲੋਕਾਂ ਦੇ ਬਾਰੇ ਵਿੱਚ ਸੋਚਦੇ ਨੇ ਸਮਾਜ ਦੇ ਬਾਰੇ ਵਿੱਚ ਸੋਚਦੇ ਨੇ ਉਹਨਾਂ ਨੂੰ ਸਦਾ ਹੀ ਸਲਾਮ ਹੈ ਬਿਲਕੁਲ ਸਹੀ ਗੱਲ ਸੋ ਹੁਣ ਅਗਲੀ ਖਬਰਦਾਰ ਨੂੰ ਵਧੀਆ ਅਗਲੀ ਖਬਰ ਹੈ ਜਿਹੜੀ ਉਹ दारू ਦੇ ਨਾਲ ਮੁਤਲਕ ਹੈ ਜੀ ਪੰਜਾਬ ਦੇ ਵਿੱਚ दारू ਇੱਕ ਮਹੀਨੇ ਦੇ ਵਿੱਚ 700 ਕਰੋੜ ਰੁਪਏ ਦੀ ਵਿਕ ਗਈ ਹੈ ਹੈ ਹਾਂਜੀ ਇੱਕ ਮਹੀਨੇ ਚ 700 ਕਰੋੜ ਦੀ 700 ਕਰੋੜ ਦੀ दारू ਵਿਕ ਗਈ ਹੈ ਪੰਜਾਬ ਦੇ ਵਿੱਚ ਤਾਲਾਬੰਦੀ ਤੋਂ ਬਾਅਦ ਆਪਾਂ ਜਾਣਦੇ ਹਾਂ ਵੀ ਕੇਂਦਰ ਨੇ ਕਿਹਾ ਸੀਗਾ ਵੀ ਭਾਈ ਅਸੀਂ ਠੇਕੇ ਨਹੀਂ ਖੋਲਣ ਦੇਣੇ ਪੰਜਾਬ ਦੀ ਸਰਕਾਰ ਪਿੱਟ ਸੇ ਆਪਾਂ ਪਾ ਕੇ ਬੈਗੀ ਵੀ ਠੇਕੇ ਖੋਲਣੇ ਕਿਉਂ ਨਹੀਂ ਇਸ ਦਾ ਮਾਰੇ ਕੇ ਲੁੱਟੇ ਕੇ ਤਬਾਹ ਹੋ ਗਏ ਸੋਹਣੇ ਦल्ले ਕੇ ਬੇਵਫਾ ਹੋ ਗਏ ਉਹਨਾਂ ਨੇ ਇਹ ਗੱਲ ਕਹੀ ਸੋ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਉਹ ਕਹਿੰਦੇ ਹੋਮ ਡਿਲੀਵਰੀ ਕਰਾਂਗੇ ਘਰੋ ਘਰੀ ਪਹੁੰਚਾਵਾਂਗੇ ਫਿਰ ਇਸ ਗੱਲ ਤੇ ਰੇੜਕਾ ਪੈ ਗਿਆ ਫਿਰ ਜਦੋਂ ਠੇਕੇ ਖੁੱਲੇ ਤੇ ਪੰਜਾਬ ਦੇ ਪਿਆਕੜਾਂ ਦੀਆਂ ਬਾਛਾਂ ਕਿੜਗੀਆਂ ਉਹ ਲੁੱਟੀਆਂ ਪਾਉਂਦੇ ਗਏ ਉਹ ਬੱਸ ਕਹਿੰਦੇ ਵੀ ਕਮਾਲ ਹੋ ਗਈ ਆ ਪਰ ਸੂਬੇ ਦੀ ਸਰਕਾਰ ਕਹਿੰਦੀ ਹਾਲੇ ਵੀ ਪੈਸੇ ਘਟ ਆ ਰਹੇ ਆ 15 ਤੋਂ ਲੈ ਕੇ 20 ਫੀਸਦੀ ਤੱਕ ਕਟਾਟ ਪੈ ਰਿਆ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਹਲੇ ਹੋਰ दारू ਪੀਓ ਜੇਕਰ ਪੰਜਾਬ ਬਚਾਉਣਾ ਤਾਂ ਕਹਿੰਦੀ ਆ ਵੀ ਜਿਹੜੇ ਪ੍ਰਵਾਸੀ ਮਜ਼ਦੂਰ ਪੰਜਾਬ ਨੂੰ ਛੱਡ ਕੇ ਆਪੂ ਆਪਣੇ ਨਗਰ ਖੇੜੇ ਵਾਲੇ ਚਲੇ ਗਏ ਉਹਦੇ ਕਰਕੇ ਵੀ दारू ਦੀ ਵਿਕਰੀ ਦੇ ਵਿੱਚ ਕਾਫੀ ਕਮੀ ਆਈ ਆ ਦੇਖੋ ਮੈਨੂੰ ਪੰਜਾਬ ਬਚਾਉਣਾ ਕੌਮਿਆਂ ਦੇ ਵਿੱਚ ਜ਼ਰੂਰ ਲੱਗ ਰਿਹਾ ਕਿਉਂਕਿ ਟਹਿਣਾ ਸਾਹਿਬ ਜੇਕਰ ਲੋਕ ਪੀਕੇ ਟੋਨ ਰਹਿਣਗੇ ਜੇਕਰ ਗਲੀਆਂ ਨਾਲੀਆਂ ਦੇ ਵਿੱਚ ਡਿਗੇ ਰਹਿਣਗੇ ਕੁੱਤੇ ਮੂੰਹ ਚ ਟੱਟਣਗੇ ਜੇਕਰ ਉਹ ਆਪਣੇ ਪੈਰਾਂ ਦੇ ਉੱਪਰ ਆਪ ਨਹੀਂ ਖੜੇ ਹੋ ਸਕਣਗੇ ਤਾਂ ਉਹ ਪੱਕੇ ਤੌਰ ਦੇ ਉੱਪਰ ਕਿਸੇ ਨੂੰ ਸਵਾਲ ਨਹੀਂ ਕਰ ਸਕਣਗੇ ਵੀ ਤੁਸੀਂ ਸਾਡੇ ਲਈ ਕੀਤਾ ਕੀ ਤੇ ਹੋਣਾ ਕੀ ਚਾਹੀਦਾ ਸੀ ਸੋ ਵਧੀਆ ਬਈ ਤਗੜੇ ਰਹੋ ਲੱਗੇ ਰਹੋ ਪੰਜਾਬੀਓ ਤੇ ਲੱਗੇ ਰਹੋ ਸ਼ਰਾਬੀਓ ਮੈਂ ਸਾਰੇ ਪੰਜਾਬੀਆਂ ਨੂੰ ਤਾਂ ਇੱਕੋ ਰਸੇ ਨਹੀਂ ਬੰਨ੍ਹ ਸਕਦੀ ਪਰ ਲੱਗੇ ਰਹੋ ਸ਼ਰਾਬੀਓ ਤੁਹਾਡੇ ਮੋਢਿਆਂ ਦੇ ਉੱਪਰ ਅਰਥਚਾਰੇ ਦਾ ਭਾਰ ਹੈ ਤੁਸੀਂ ਅਰਥ ਵਿਵਸਥਾ ਨੂੰ ਹੁਲਾਰਾ ਦੇਣਾ 700 ਕਰੋੜ ਦਾ ਦੇ ਦਿੱਤਾ ਤੇ ਅੱਗੇ ਦੇਂਦੇ ਰਹੋ ਲਗੇ ਰਹੋ ਬਸ ਕੋਈ ਗੱਲ ਨਹੀਂ ਆਪਣੀ ਕਿਡਨੀ ਖਰਾਬ ਹੋ ਜੇ ਕੱਪੜਾ ਖਰਾਬ ਹੋ ਜੇ ਆਪਾਂ ਪਰਵਾਹ ਥੋੜੀ ਕਦੇ ਕੀਤੀ ਆ ਬਸ ਆਪਾਂ ਪੰਜਾਬ ਨੂੰ ਬਚਾਉਣਾ ਬਸ ਆਪਾਂ ਮਸਤ ਰਹਿਣਾ ਮੈਂ ਹੈਰਾਨ ਹੁੰਨਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਲੋਕਾਂ ਨੂੰ ਸਿੱਧੀ ਗੱਲ ਦੱਸ ਗਏ ਨਾ ਕਦੇ ਨਹੀਂ ਮੰਨਦੇ ਹੁਣ ਇਸ ਗੱਲ ਦੇ ਉੱਤੇ ਭਾਵੇਂ ਟਿੱਪੜੀਆਂ ਜਾਣ ਤੋ ਠੀਕ ਐ ਕਿਹਾ ਹਾਂ ਤੁਹਾਨੂੰ ਐ ਨਹੀਂ ਸੀ ਕਹਿਣਾ ਚਾਹੀਦਾ ਤੁਸੀਂ दारू ਨੂੰ ਪ੍ਰੋਮੋਟ ਕਰ ਰਹੇ ਹੋ दारू ਪੀਣਾ ਸਿਹਤ ਲਈ ਹਾਨੀਕਾਰਕ ਬਿਲਕੁਲ ਹਾਨੀਕਾਰਕ ਤੇ ਬੋਤਲ ਤੇ ਵੀ ਲਿਖਿਆ ਸ਼ਰਾਬ ਪੀਣੀ ਸਿਹਤ ਲਈ ਹ ਫੇਰ ਨਹੀਂ ਮੰਨਦੇ ਅਸੀਂ ਵੀ ਕਹਿੰਨੀ ਹੁਣ ਤਾਂ ਮੰਨ ਲੋ ਬਿਲਕੁਲ ਸਹੀ ਮੈਨੂੰ ਨੇ ਇੱਕ ਗੱਲ ਚੇਤੇ ਆ ਗਈ ਕਹਿੰਦੇ ਵੀ ਇੱਕ ਵਾਰ ਤਿੰਨ ਚਾਰ ਦੋਸਤ ਨਾ ਬੈਠ ਕੇ दारू ਸ਼ਰਾਬ ਪੀ ਜਾਣ ਨਾਲ ਉਹਨਾਂ ਨੇ ਭੁਜੀਆ ਭੱਜੀਆ ਰੱਖਿਆ ਮੱਛੀ ਮੁੱਚੀ ਵੀ ਰੱਖੀ ਹਾਂ ਲੋ ਜੀ ਇੱਕ ਜਣਾ ਕਹਿੰਦਾ ਨਾ ਵੀ ਆਪਾਂ ਨਾ ਮੋਟਰਸਾਈਕਲ ਦੇ ਉੱਤੇ ਨਾ ਤੇ ਜਾਵਾਂਗੇ ਲੇਹ ਲਦਾਖ ਘੁੰਮਣ ਹੂੰ ਦੂਜਾ ਕਹਿੰਦਾ ਨਹੀਂ ਯਾਰ ਆਪਾਂ ਨਾ ਮੇਰੇ ਵਾਲੀ ਕਾਰ ਤੇ ਚੱਲਾਂਗੇ ਲੇਹ ਲਦਾਖ ਘੁੰਮਣ ਚਾਰੇ ਜਾਣੀ ਹੂੰ ਤੀਜਾ ਕਹਿੰਦਾ ਨਹੀਂ ਯਾਰ ਆਪਾਂ ਹੈਲੀਕਾਪਟਰ ਤੇ ਜਾਲਾਂਗੇ ਹੂੰ ਐ ਨਹੀਂ ਜਾਣਾ ਜੂਣਾ ਵਾ दारू ਦੇ ਵਿੱਚ ਟੰਨਾ ਹੂੰ ਚੌਥਾ ਜਣਾ ਕਹਿੰਦਾ ਓ ਮੂਰਖੋ ਹ ਆਪਣੇ ਕੋਲ ਤਾਂ ਸਾਈਕਲ ਵੀ ਹੈਣੀ ਆਪਾਂ ਜਾਵਾਂਗੇ ਕਿਵੇਂ ਤੇ ਇਹਨਾਂ ਨੇ ਜੁੱਤੀ ਰਾ ਲਈ ਕਹਿੰਦੇ ਸਾਨੂੰ ਪਹਿਲਾਂ ਹੀ ਇਸ ਗੱਲ ਦਾ ਸ਼ੱਕ ਸੀਗਾ ਤੂੰ दारू ਨਹੀਂ ਪੀਂਦਾ ਕੱਲਾ ਮੱਛੀ ਘਾਣਾ ਸੋ ਪਾਈਂ दारू ਨਾ ਪੀਆ ਕਰੋ ਜੀ ਨਸ਼ੇ ਜਿਹੜੇ ਉਹ ਸਿਹਤ ਨੂੰ ਗਾਲ ਦਿੰਦੇ ਆ ਤੇ ਸਾਡੇ ਪਰਿਵਾਰ ਦੇ ਵਿੱਚ ਵੀ ਕਈ ਤਰ੍ਹਾਂ ਦੇ ਰਫੜ ਪੈਦਾ ਕਰਦੇ ਆ ਸਾਡੀ ਜੇਬ ਦੇ ਉੱਤੇ ਵੀ ਡਾਕਾ ਵੱਜਦਾ ਸਾਡੀ ਸਿਹਤ ਵੀ ਖਰਾਬ ਹੁੰਦੀ ਆ ਸਾਡੀ ਸਮਾਜਿਕਤਾ ਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਕੱਲੇ ਖਦਾਨੇ ਭਰਨ ਦੇ ਨਾਲੋ ਆਪਣੀ ਜੇਬ ਦਾ ਵੀ ਖਿਆਲ ਕਰਗੇ ਬੜੀ ਸਮਝਣ ਵਾਲੀ ਗੱਲ ਹੈ ਨਾ ਸਿਹਤ ਦਾ ਵੀ ਖਿਆਲ ਕਰੀ ਕਿਉਂਕਿ ਸਿਹਤ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਹਾਂ ਤੇ ਹੁਣ ਅਗਲੇ ਖਬਰਾਂ ਵਾਲ ਵਧੀਆ ਟੈਣਾ ਸਾਹਿਬ ਬਿਲਕੁਲ ਹਰਮਨਜੀਤ ਤੁਸੀਂ ਚੌਥੇ ਦਿਨ ਇਹ ਗੱਲ ਕਹਿਨੇ ਹੋ ਓਏ ਛੋਟੂ ਪੰਜਾਬ ਪੁਲਿਸ ਐਦਾਂ ਵੀ ਕਰਦੀ ਆ ਓਏ ਬਿਲਕੁਲ ਸਹੀ ਅੱਜ ਫੇਰ ਓਵੇਂ ਕਹੋ ਓਏ ਛੋਟੂ ਪੰਜਾਬ ਪੁਲਿਸ ਦੀ ਕੋਈ ਰੀਸ ਨਹੀਂ ਆ ਓਏ ਗਲਤੀ ਤੁਹਾਡੀ ਸਹੀ ਆ ਓਏ ਕਿਉਂਕਿ ਨਿਤ ਪੰਜਾਬ ਪੁਲਿਸ ਦਾ ਕੋਈ ਨਾ ਕੋਈ ਇਹੋ ਜਿਹਾ ਕੰਮ ਸਾਹਮਣੇ ਆ ਜਾਂਦਾ ਮਨ ਦੇ ਵਿੱਚੋਂ ਆਪ ਮਾਰੇ ਉੱਠਦਾ ਇਹ ਨਾਲੀ ਤਾਂ ਕੋਈ ਰੀਸ ਹੀ ਨਹੀਂ ਆ ਓਏ ਏ ਤੁਸੀਂ ਕੌਮਿਆਂ ਚ ਕਹਿ ਰਹੇ ਹੋ ਹਾਂ ਬਿਲਕੁਲ ਕੀ ਹੋਇਆ ਹੁਣ ਪੰਜਾਬ ਦੀ ਪੁਲਿਸ ਨੇ ਇੱਕ ਨਵਾਂ ਮਾਰਕਾ ਮਾਰ ਲਿਆ ਹਮ ਅੱਜ ਮੈਂ ਸਵੇਰੇ ਸਵੇਰੇ ਨੇ ਇੱਕ ਵੱਡੀ ਖਬਰ ਪੜ੍ਹੀ ਕਿੰਨੀ ਵੱਡੀ ਬੰਦੇ ਦਾ ਕੋਈ ਨਕਲੀ ਖਾਤਾ ਬਣ ਜਾਂਦਾ ਕੋਈ ਐਵੇਂ ਐਂਜਲੀਨਾ ਪ੍ਰਿਆ ਬਣ ਕੇ ਤੇ ਲੋਕਾਂ ਨੂੰ ਸੁਨੇਹੇ ਭੇਜੀ ਜਾਂਦਾ ਹਮ ਭੇਜੀ ਜਾਂਦਾ बनके भेजी ਜਾਂਦੀ ਬਣ ਕੇ ਭੇਜਦਾ ਸੋ ਮੁੰਡਾ ਕੁੜੀ ਬਣ ਕੇ ਕੁੜੀ ਮੁੰਡਾ ਬਣ ਕੇ ਗੱਲਾਂ ਕਰੀ ਜਾਂਦਾ ਕੋਈ ਛੇਰ ਦੀ ਫੋਟੋ ਲਾ ਕੇ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਕੋਈ ਆਪਦੇ ਭਾਪੇ ਨੂੰ ਸੇਲੀ ਬਣ ਕੇ ਗੱਲਾਂ ਕਰੀ ਜਾਂਦਾ ਬਈ ਬੜੇ ਕੁੱਝ ਨਮੂਨੇ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ ਪਰ ਅਸੀਂ ਕਹਿੰਦੇ ਆ ਵੀ ਭਾਈ ਹੁਣ ਨਾ ਸਾਈਬਰ ਕ੍ਰਾਈਮ ਸੈੱਲ ਦੇ ਕੋਲੇ ਜਾ ਕੇ ਸ਼ਿਕਾਇਤ ਦਰਜ ਕਰਵਾਓ ਜਿਨ੍ਹਾਂ ਦੇ ਕੋਲੇ ਜਾ ਕੇ ਸ਼ਿਕਾਇਤ ਕਰਵਾਉਣੀ ਉਹਨਾਂ ਦੇ ਆਪਦੇ ਨਕਲੀ ਖਾਤੇ ਬਣੇ ਪਈ ਆ ਮੈਂ ਜਿਹੜੀ ਰਿਪੋਰਟ ਪੜ੍ਹੀ ਉਹਦੇ ਵਿੱਚ ਪਤਾ ਲੱਗਾ ਵੀ ਪੰਜਾਬ ਪੁਲਿਸ ਦਾ ਇੱਕ ਤਾਂ ਮਾਨਤਾ ਪ੍ਰਾਪਤ ਖਾਤਾ ਹੈਗਾ ਫੇਸਬੁੱਕ ਦੇ ਉੱਤੇ ਪੰਜਾਬ ਪੁਲਿਸ ਤੇ ਇੱਕ ਇਹਨਾਂ ਦਾ ਖਾਤਾ ਹੈਗਾ ਇੰਸਟਾਗ੍ਰਾਮ ਦੇ ਉੱਤੇ 88991010 ਪੰਜਾਬ ਪੁਲਿਸ ਦੇ ਨਕਲੀ ਖਾਤੇ ਬਣੇ ਆ ਜੀ ਹੁਣ ਜਿਹੜੇ ਨਕਲੀ ਖਾਤੇ ਬਣੇ ਆ ਉਹ ਨਹੀਂ ਅਸਲੀ ਪੰਜਾਬ ਪੁਲਿਸ ਹਾਲੇ ਤੱਕ ਬੰਦ ਕਰਵਾ ਸਕੀ ਤੇ ਜੇਕਰ ਤੁਹਾਡਾ ਮੇਰਾ ਮਸਲਾ ਜੇਕਰ ਆਪਣੀ ਆਈਡੀ ਦੀ ਦੁਰਵਰਤੋਂ ਹੁੰਦੀ ਆ ਆਪਣੇ ਨਾਮ ਦੇ ਉੱਤੇ ਕੋਈ ਗਲਤ ਆਈਡੀ ਬਣਾ ਕੇ ਤੇ ਕਿਸੇ ਨੂੰ ਗਲਤ ਸੁਨੇਹੇ ਭੇਜਦਾ ਉਹਨੂੰ ਕਿਵੇਂ ਖਤਮ ਕਰਨਗੇ ਬਿਲਕੁਲ ਸਹੀ ਗੱਲ ਆ ਤੁਹਾਡੀ ਟੈਣਾ ਸਾਹਿਬ ਬਹੁਤ ਲੰਬੀ ਸਾਰੀ ਇੱਕ ਰਿਪੋਰਟ ਆ ਜਿਹੜੀ ਉਹ ਸਾਹਮਣੇ ਆਈ ਆ ਤੇ ਮੈਂ ਚਾਹੁੰਨੀ ਉਹ ਵੀ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਲਈਏ ਤੁਸੀਂ ਸਹੀ ਕਿਹਾ ਬਿਲਕੁਲ ਕਿ ਐਫਬ ਤੇ ਜੇ ਮੈਂ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਾਂ ਤਾਂ ਇੱਕ ਇੱਕ ਖਾਤਾ ਛੱਡ ਕੇ ਤੇ ਬਹੁਤ ਸਾਰੇ ਨਕਲੀ ਜਿਹੜੇ ਖਾਤੇ ਉਹ ਚੱਲ ਰਹੇ ਨੇ ਫੇਸਬੁੱਕ ਦੇ ਉੱਪਰ 9 ਤੇ ਇੰਸਟਾਗ੍ਰਾਮ ਦੇ ਉੱਪਰ 24 ਤੋਂ ਵੱਧ ਜਿਹੜੇ ਅਕਾਊਂਟ ਆਫ ਚੱਲਦੇ ਪਏ ਪੰਜਾਬ ਪੁਲਿਸ ਦੇ ਨਾਂ ਤੇ ਬਿਲਕੁਲ ਸਹੀ ਔਰ ਤੁਸੀਂ ਇਹ ਵੇਖੋ ਕਿ ਵਿਭਾਗ ਨੇ ਜਿਹੜੇ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਤੇ ਹੋਰ ਜਿਹੜੇ ਸੋਸ਼ਲ ਮੀਡੀਆ ਸਾਈਟਸ ਨੇ ਇਹਨਾਂ ਦੇ ਉੱਪਰ ਗਲਤ ਤੇ ਸਹੀ ਜਿਹੜੇ ਪੇजेस ਨੇ ਉਹਨਾਂ ਦੇ ਬਾਰੇ ਚ ਇੱਕ ਰਿਪੋਰਟ ਤਿਆਰ ਕੀਤੀ ਹੈ ਕਿਹਨ ਦਾ ਭਾਵ ਇਹ ਹੈ ਵੀ ਜਿਹੜੀ ਪੰਜਾਬ ਪੁਲਿਸ ਆ ਉਹਦੇ ਵੱਲੋਂ ਹੁਣ ਕ ਤੇ ਅਸਲੀ ਖਾਤਾ ਜਿਹੜਾ ਉਹ ਕਿਵੇਂ ਵਧਾਉਣਾ ਇਹਦੇ ਉੱਤੇ ਉਹ ਕੰਮ ਕਾਜ ਕਰਨਾ ਸ਼ੁਰੂ ਕਰ ਚੁੱਕੇ ਬਿਲਕੁਲ ਸਹੀ ਤੁਸੀਂ ਵੇਖੋ ਵੀ ਫੇਸਬੁੱਕ ਦੇ ਉੱਪਰ ਪੰਜਾਬ ਪੁਲਿਸ ਇੰਡੀਆ ਪੇਜ ਜਿਹੜਾ ਇਹ ਲਾਕਡਾਊਨ ਦੇ ਦੌਰਾਨ ਬਹੁਤ ਜ਼ਿਆਦਾ ਮਸ਼ਹੂਰ ਰਿਹਾ ਹੈ ਔਰ ਸਾਡੇ 4 ਲੱਖ ਲੋਕਾਂ ਨੇ ਇਹਨੂੰ ਲਾਈਕ ਕੀਤਾ ਹੋਇਆ ਹੈ ਇਹ ਵੈਰੀਫਾਈਡ ਆ ਇਹ ਅਸਲ ਇਹ ਅਸਲ ਪੇਜ ਆ ਜੀ ਇਹ ਵੈਰੀਫਾਈਡ ਆ ਤੇ ਇਸ ਤੋਂ ਇਲਾਵਾ ਅੱਠ ਹੋਰ ਖਾਤੇ ਚੱਲਦੇ ਨੇ ਟਾਣਾ ਸਾਹਿਬ ਪੰਜਾਬ ਪੁਲਿਸ ਇੰਡੀਆ ਸਰਚ ਕਰਨ ਦੇ ਉੱਪਰ 6 ਕੋਲ ਖਾਤੇ ਜਿਹੜੇ ਆ ਉਹ ਸਾਹਮਣੇ ਆਉਂਦੇ ਨੇ ਤੇ 5 ਜਿਹੜੇ ਅਨਵੈਰੀਫਾਈਡ ਨੇ ਇਹ ਪੰਜਾਬ ਪੁਲਿਸ ਦੇ ਉੱਪਰ proud to be a part of punjab police ਉਹਦੇ ਉੱਪਰ ਵੀ 2000 ਤੋਂ ਵੱਧ ਜਿਹੜੇ ਲਾਈਕਸ ਨੇ ਉਹ ਹੈ ਕਿ ਨਹੀਂ ਇਸ ਵੇਲੇ ਹੈ ਨਾ ਸੋ ਤੁਹਾਡੀ ਗੱਲ ਸੱਚੀ ਹੈ ਵੀ ਜੇਕਰ ਪੰਜਾਬ ਪੁਲਿਸ ਇਹਨਾਂ ਮਸਲਿਆਂ ਦਾ ਹੱਲ ਨਹੀਂ ਕਰ ਸਕੀ ਤਾਂ ਸਾਡੇ ਤੁਹਾਡੇ ਮਸਲਿਆਂ ਦਾ ਹੱਲ ਉਹ ਕਿਵੇਂ ਕਰਨਗੇ ਹੈ ਨਾ ਇਸ ਤੋਂ ਬਾਅਦ ਜੇ ਅੱਗੇ ਆਪਾਂ ਗੱਲ ਕਰੀਏ ਤਾਂ ਅੱਜ ਦੀ ਪੰਜਾਬ ਪੁਲਿਸ ਨੂੰ 2100 ਲਾਈਕ ਇਸ ਪੇਜ ਦੇ ਉੱਪਰ ਹੈਗੇ ਨੇ ਜਿਹੜਾ ਨਕਲੀ ਬਣਿਆ ਹੋਇਆ ਜੀ ਔਰ ਤੁਸੀਂ ਇਹ ਵੇਖੋ ਕਿ ਇਹ ਲੰਬੇ ਸਮੇਂ ਤੋਂ ਅਪਡੇਟ ਨਹੀਂ ਹੋਏ ਹੋਏ ਪੇਜ ਉਸ ਤੋਂ ਬਾਅਦ ਡੀਜੀਪੀ ਪੰਜਾਬ ਇਹਨਾਂ ਦੇ ਨਾਮ ਦੇ ਉੱਪਰ ਵੀ ਬਹੁਤ ਸਾਰੇ ਨਕਲੀ ਖਾਤੇ ਜਿਹੜੇ ਉਹ ਚੱਲਦੇ ਪਏ ਨੇ ਅੱਛਾ ਪੁਲਿਸ ਮੁਖੀ ਦੇ ਨਾਮ ਦੇ ਉੱਤੇ ਵੀ ਭਾਈ ਨਕਲੀ ਖਾਤੇ ਬਣੇ ਆ ਚਾਰ ਪੇਜ ਬਣੇ ਹੋਏ ਨੇ ਟੋਟਾ ਅੱਛਾ ਉਹਦੇ ਵਿੱਚ ਤੁਸੀਂ ਵੇਖੋ ਵੀ 16000 ਲਾਈਕ ਹੋਏ ਹੋਏ ਨੇ ਉਹਨਾਂ ਪੇजेस ਦੇ ਉੱਪਰ ਮਤਲਬ ਵੱਖ-ਵੱਖ ਲਾਈਕਸ ਨੇ ਵੈਸੇ ਤਾਂ ਤੇ ਪੰਜਾਬ ਪੁਲਿਸ 24 ਆਵਰ ਡਿਊਟੀ ਇੱਕ ਇੱਕ ਪੇਜ ਚੱਲਦਾ ਜਿਹਦੇ ਉੱਪਰ 9000 ਲਾਈਕਸ ਨੇ ਹੈਨਾ ਡੀਜੀਪੀ ਪੰਜਾਬ ਪੁਲਿਸ ਚੰਡੀਗੜ੍ਹ ਉਦੋਂ ਪ੍ਰਾਚ ਸੋ 52 ਦੇ ਤਕਰੀਬਨ ਜਿਹੜੇ ਲਾਈਕਸ ਹੋਏਗੇ ਨੇ ਸੋ ਇਹ ਸਾਰੇ ਉਹ ਖਾਤੇ ਨੇ ਜਿਨ੍ਹਾਂ ਵਿੱਚ ਇੱਕ ਇੱਕ ਨੂੰ ਛੱਡ ਕੇ ਬਾਕੀ ਸਾਰੇ ਨਕਲੀ ਖਾਤੇ ਤੇ ਇੱਕ ਗੱਲ ਹਰਮਨ ਜੀ ਹੋਰ ਇਹਦੇ ਵਿੱਚ ਦਰਜ ਕਰਨੀ ਮੜਦੀ ਹੈ ਵੀ ਜਿਹੜੇ ਪੇਜਾਂ ਦੇ ਉੱਤੇ ਜਿਹੜੇ ਸਫਿਆਂ ਦੇ ਉੱਤੇ ਘੱਟ ਲਾਈਕ ਆਏਗੇ ਨਾ ਉਹ ਪਿਛਲੇ ਲੰਮੇ ਸਮੇਂ ਤੋਂ ਚੱਲ ਨਹੀਂ ਰਿਹਾ ਜੀ ਮੰਨ ਲਓ ਵੀ ਤੁਸੀਂ ਬਣਾ ਲਿਆ ਨਕਲੀ ਖਾਤਾ ਪੰਜਾਬ ਪੁਲਿਸ ਦੇ ਨਾਂ ਦੇ ਉੱਤੇ ਹੁਣ ਪਿਛਲੇ ਲੰਮੇ ਸਮੇਂ ਤੋਂ ਇਹ ਵਰਤੋਂ ਨਹੀਂ ਕਰਦੇ ਪਤਾ ਨਹੀਂ ਕਿਹੜੇ ਕਾਰਨਾਂ ਦੇ ਕਰਕੇ ਪਹਿਲੀ ਗੱਲ ਤਾਂ ਬਣਾਉਣਾ ਹੀ ਨਹੀਂ ਚਾਹੀਦਾ ਸੀ ਇਹ ਗੈਰਕਾਨੂੰਨੀ ਆ ਜੀ ਦੂਜੀ ਗੱਲ ਇਹ ਆ ਕਿ ਜੇਕਰ ਬਣਾ ਲਿਆ ਤਾਂ ਪੁਲਿਸ ਦੇ ਵੱਲੋਂ ਨਿਗਰਾਨੀ ਰੱਖਣੀ ਚਾਹੀਦੀ ਸੀ ਜਿਨੇ ਵੀ ਬਣਾਇਆ ਉਹਦੀ ਪੈੜ ਦੱਬ ਕੇ ਉਹਦੇ ਖਿਲਾਫ ਵਿਭਾਗੀ ਕਾਰਵਾਈ ਕਰਨੀ ਚਾਹੀਦੀ ਸੀ ਮਤਲਬ ਕਹਿਣ ਦਾ ਇਹ ਆ 100 ਹੱਥ ਰੱਸਾ ਤੇ ਸਿਰੇ ਤੇ ਗੰਢ ਜੇਕਰ ਮੇਰੇ ਨਾਂ ਦੀ ਤੁਹਾਡੇ ਨਾਂ ਦੀ ਜਾਂ ਕਿਸੇ ਵੀ ਹੋਰ ਪੰਜਾਬੀ ਜਾਂ ਕਿਸੇ ਵੀ ਹੋਰ ਭਾਰਤੀ ਦੇ ਨਾਂ ਦੀ ਕਰਕੇ ਦੁਰਵਰਤੋ ਕਰਕੇ ਕੋਈ ਬੰਦਾ ਕਿਸੇ ਦੇ ਬਾਬਤ ਗਲਤ ਟਿੱਪਣੀਆਂ ਕਰਦਾ ਅਸੀਂ ਸਿੱਧਾ ਭਜਦੇ ਪੁਲਿਸ ਦੇ ਕੋਲੇ ਵੀ ਅਸੀਂ ਸ਼ਿਕਾਇਤ ਦਰਜ ਕਰਵਾਉਣੀ ਹੈ ਪਰਚਾ ਦਰਜ ਕਰਵਾਉਣਾ ਹੈ ਬਿਲਕੁਲ ਸਹੀ ਉਹ ਭਾਈ ਪੁਲਿਸ ਦੇ ਨਾਂ ਦੇ ਉੱਤੇ ਵੀ ਇਹੋ ਜਿਹਾ ਕੁਝ ਬਣਿਆ ਉੱਥੇ ਜਾਣ ਉਹ ਕਿਨੂੰ ਜਾ ਕੇ ਆਪਣੀ ਤਰਖਾਸ ਦੇਣ ਤੇ ਪਰਚਾ ਦਰਜ ਕਰਾਉਣ ਉਹਨਾਂ ਨੂੰ ਵੀ ਸਮਝ ਨਹੀਂ ਆਉਂਦਾ ਹੋਣਾ ਬੰਦਾ ਤਾਂ ਪਿਛਲੇ ਦਿਨੀ ਇੱਕ ਪੇਜ ਮੈਨੂੰ ਵੀ ਦਿਖਿਆ ਆਫੀਸ਼ੀਅਲ ਹਰਮਨਤਿੰਦ ਕਰਕੇ ਕੁਛ ਮੇਰੇ ਨਾਂ ਦਾ ਵੀ ਨਕਲੀ ਪੇਜ ਚੱਲਦਾ ਬੈਠਾ ਸੀ ਜੀ ਵੱਡੇ ਬੰਦੇ ਬਣ ਗਏ ਜਦੋਂ ਨਾ ਵੱਡੇ ਬੰਦੇ ਕਹਦੇ ਜਦੋਂ ਕਿਸੇ ਮਹਾਨ ਕਲਾਕਾਰ ਨੂੰ ਇਹ ਨਾ ਪਤਾ ਹੋਵੇ ਮੇਰੇ ਨਾਂ ਦੇ ਉੱਤੇ ਕੌਣ-ਕੌਣ ਪੇਜ ਬਣਾਈ ਜਾਂਦੇ ਆ ਕੌਣ-ਕੌਣ ਮੇਰੇ ਨਾਂ ਦੇ ਉੱਤੇ YouTube ਦੇ ਖਾਤੇ ਚਲਾਈ ਜਾਂਦੇ ਆ ਇਹਦਾ ਮਤਲਬ ਉਹਦੀ ਪ੍ਰਸਿੱਧੀ ਸਿਖਰ ਦੇ ਉੱਤੇ ਪਹੁੰਚ ਗਈ ਆ ਉਹ ਹੁਣ ਲੋਕਾਂ ਦੀ ਪਹੁੰਚ ਦੇ ਵਿੱਚੋਂ ਬਾਹਰ ਹੋ ਰਹੀ ਆ ਗੱਲ ਵੱਸੋਂ ਬਾਹਰ ਹੋ ਗਈ ਆ ਜਿਆਦਾ ਵੱਡੀ ਗੱਲ ਨਹੀਂ ਹੋ ਗਈ ਨਹੀਂ ਠੀਕ ਆ ਨਹੀਂ ਆਪਾਂ ਅੱਜ ਰੇਸ ਤੇ ਪੈ ਰਹੇ ਸੀ ਤੁਹਾਨੂੰ ਹੋਰ ਗੱਲ ਦੱਸਦਾ ਮੈਨੂੰ ਹੁਣ ਜਿੱਤੇ ਆਈ ਜਦੋਂ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਵੀ ਜਿੱਤੇਗਾ ਪੰਜਾਬ ਆਪਾਂ ਚੈਨਲ ਬਣਾਉਣਾ ਜੀ ਉਹਨਾਂ ਨੇ ਤਾਂ 24 ਘੰਟੇ ਬਾਅਦ ਬਣਾਉਣਾ ਸੀ 15 18 ਜਣੇ ਨੇ ਪਹਿਲਾਂ ਹੀ ਬਣਾ ਲਿਆ ਉਹ ਉਹਨੂੰ ਸਮਝਣ ਲੱਗੇ ਮੇਰੀ ਫੋਟੋ ਸਰਗੇ ਥਾਂ ਤੇ ਲੱਗੀ ਆ ਮੇਰੇ ਵਾਲਾ ਕਿਹੜਾ ਮੇਰੇ ਵਾਲਾ ਕਿਹੜਾ ਸੋ ਭਾਈ ਬੱਚੋ ਜਿੰਨਾ ਬਾਤ ਸਕਦੇ ਹੋ ਆਪਾਂ ਨੂੰ ਵੀ ਵੈਸੇ ਚਾਹੀਦਾ ਹੈ ਕਿ ਜੇਕਰ ਇਦਾਂ ਦੇ ਕਿਸੇ ਵੀ ਖਾਤੇ ਤੋਂ ਸਾਨੂੰ ਰਿਕੁਐਸਟ ਆਉਂਦੀ ਹੈ ਸਾਨੂੰ ਕੋਈ ਬੇਨਤੀ ਕਰਦਾ ਹੈ ਤਾਂ ਅਸੀਂ ਉਸ ਬੇਨਤੀ ਨੂੰ ਨਾ ਸਵੀਕਾਰੀਏ ਮੈਂ ਹੁਣ ਫਿਰ ਮੇਰੇ ਅੰਦਰਲੀ ਗੱਲ ਛੇੜਤੀ ਆ ਮੈਨੂੰ ਪਤਾ ਸੀ ਜਦੋਂ ਵੀ ਮੈਨੂੰ ਕੋਈ ਸੁਨੇਹਾ ਭੇਜਦਾ ਮੈਨੂੰ ਕੋਈ ਫਰੈਂਡ ਰਿਕੁਐਸਟ ਬੇਨਤੀ ਭੇਜਦਾ ਦੋਸਤੀ ਦੇ ਲਈ ਜੀ ਜੀ ਤੇ ਜੇ ਕਿਤੇ ਫੋਟੋ ਨਹੀਂ ਲੱਗੀ ਹੂੰ ਉਹ ਕੱਲਾ ਸਿਰ ਜਾਂ ਲੱਗਾ ਕਿਸੇ ਦਾ ਸ਼ੇਅਰ ਲੱਗਿਆ ਹੋਇਆ ਸ਼ੇਅਰ ਲੱਗਾ ਕੋਈ ਗੇਂਦੇ ਦਾ ਫੁੱਲ ਲੱਗਾ ਜੇ ਕੁਝ ਵੀ ਇਹੋ ਜਿਹਾ ਕੋਈ ਟਰੱਕ ਖੜਾਈ ਬੈਠਾ ਹੁੰਦਾ ਕੋਈ ਕੁਝ ਵੀ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਨਾ ਵੀ ਭਾਈ ਆਪਣੀ ਫੋਟੋ ਲਾਓ ਫਿਰ ਮੈਨੂੰ ਤੁਸੀਂ ਦੋਸਤੀ ਦਾ ਹੱਥ ਵਧਾਓ ਪਰ ਜੇ ਅਗੋਂ ਉੱਤਰਾਜੀ ਜੀ ਜਮਾਨਾ ਬਹੁਤ ਮਾੜਾ ਮੈਂ ਕਹਿੰਦਾ ਮੈਂ ਵੀ ਜਮਾਨਾ ਜਿਹੜਾ ਹਿੱਸਾ ਮੇਰੇ ਤੇ ਵੀ ਤਵਾਰ ਨਾ ਕਰੋ ਬਿਲਕੁਲ ਸਹੀ ਗੱਲ ਫਿਰ ਤੁਸੀਂ ਕਿਸੇ ਹੋਰ ਨੂੰ ਭੇਜੋ ਜੀ ਪਤਾ ਨਹੀਂ ਵੈਸੇ ਤੁਹਾਨੂੰ ਲੱਗਦਾ ਕਿ ਮਾਰਕ ਜ਼ਕਰਬਰਗ ਨੇ ਸੋਚਿਆ ਹੋਗਾ ਵੀ ਫੇਸਬੁੱਕ ਨੂੰ ਇਸ ਤਰੀਕੇ ਨਾਲ ਵੀ ਵਰਤਣਗੇ ਲੋਕ ਨੇ ਸੋਚਿਆ ਮਾਪਿਆਂ ਨੇ ਸੌ ਸੁੱਖਾਂ ਸੁੱਕ ਕੇ ਪੁੱਤ ਮੰਗਿਆ ਹੁੰਦਾ ਤਾਂ ਉਹ ਵੀ ਐਂਜਲ ਪ੍ਰੀਆ ਬਣ ਕੇ ਫੇਸਬੁਕ ਤੇ ਤੁਰਿਆ ਕਰਦਾ ਬਸ ਉਹ ਅਸਲ ਦੇ ਵਿੱਚ ਸਾਬਤ ਕਰਦਾ ਵੀ ਮਰਦ ਤੇ ਔਰਤ ਦੇ ਵਿੱਚ ਕੋਈ ਫਰਕ ਨਹੀਂ ਮੁੰਡਾ ਕੁੜੀ ਸਭ ਬਰਾਬਰ ਆ ਮੈਂ ਐਂਜਲੀ ਨਹੀਂ ਠੀਕ ਆ ਜੀ ਇੱਥੇ ਸਾਡੇ ਗਾਇਕ ਗਾਉਂਦੇ ਨੇ ਵੀ ਕਰਮਾ ਵਾਲੀਆਂ ਤੈਨੂੰ ਅਸੀਂ ਮਿਲ ਗਏ ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ ਸੁੱਖ ਸੁੱਕ ਕੇ ਪਰ ਉਹੀ ਜਿਹੜਾ ਬੇਬੇ ਨੂੰ ਸੁੱਖਾ ਸੁੱਖ ਸੁੱਕ ਕੇ ਮਿਲਿਆ ਹੁੰਦਾ ਉਹ ਮੁੜ ਕੇ ਐਂਜਲ ਪ੍ਰੀਆ ਬਣ ਬਣ ਫਿਰਦਾ ਇਹ ਮਾੜੀ ਗੱਲ ਹੈ ਨਹੀਂ ਬਣਨਾ ਚਾਹੀਦਾ ਸਾਨੂੰ ਆਪਣੀ ਜਿਹੜੀ ਅਸਲ ਪਛਾਣ ਹੈ ਉਹਨੂੰ ਜ਼ਾਹਰ ਕਰਨਾ ਚਾਹੀਦਾ ਅਸੀਂ ਅਸਲ ਪਛਾਣ ਜ਼ਾਹਰ ਕਰਕੇ ਕਿਸੇ ਨਾਲ ਗੱਲ ਨਹੀਂ ਕਰਦੇ ਜਿਹੜੇ ਲੋਕ ਨਕਲੀ ਖਾਤੇ ਬਣਾਉਂਦੇ ਆ ਜਿਹੜੇ ਲੋਕਾਂ ਦੇ ਨਕਲੀ ਪੇਜ ਚੱਲਦੇ ਆ ਐਵੇਂ ਕੋਈ ਫਲਾਨਾ ਢਿੰਗੜਾ ਨਾ ਜਾ ਰੱਖ ਕੇ ਯਬਲੀ ਜੀ ਮਾਰਦੇ ਆ ਮੈਂ ਸੋਚਦਾ ਵੀ ਯਾਰ ਉਹ ਧਰਤੀ ਤੇ ਆਏ ਤੇ ਨਾ ਆਏ ਇੱਕ ਬਰਾਬਰ ਆ ਪਟਾਣਾ ਸਾਹਿਬ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੇਰੇ ਨਾਂ ਦੇ ਉੱਤੇ ਕੀ ਕੀ ਚੱਲੀ ਜਾਂਦਾ ਤੇ ਉਹ ਬੰਦਾ ਕਿੱਥੇ ਜਾਵੇ ਨਹੀਂ ਨਹੀਂ ਕਈ ਬਿਨਾ ਨਾਂ ਤੋਂ ਵੀ ਹੁੰਦੇ ਆ ਕਈ ਐਵੇਂ ਮੈਂ ਕਿਹਦਾ ਨਾਂ ਕਿਉ ਲੈਣਾ ਮੇ ਮਸ਼ਹੂਰੀ ਹੋ ਜੂਗੀ ਬਈ ਅਜੀਬੋ ਗਰੀਬ ਨਾਵਾਂ ਦੇ ਉੱਤੇ ਨਾ ਪੇਜ ਬਣਾਏ ਹੁੰਦੇ ਆ ਉਹ ਥੱਲੇ ਟਿੱਪਣੀਆਂ ਕਰੀ ਜਾਣਗੇ ਪੜਕੀਲਾ ਪੰਜਾਬ ਦੇ ਯਾਰ ਯਾਰ ਤੇਰਾ ਫੰਨੀ ਖਾਂ ਇਹੋ ਜਿਹਾ ਪੀਜ ਬਣਾ ਕੇ ਨਾ ਕਿਸੇ ਨੂੰ ਵੀ ਗਾਲਾਂ ਕੱਢੀ ਜਾਣ ਕੇ ਮੈਂ ਹਨੇ ਲੱਖ ਲਾਂਤ ਯਾਰ ਜੀ ਤੁਸੀਂ ਆਪ ਦਾ ਨਾਂ ਨਹੀਂ ਦੱਸ ਸਕਦੇ ਤੁਹਾਡੀ ਕੋਈ ਪਛਾਣ ਨਹੀਂ ਗਈ ਤੁਸੀਂ ਐਵੇਂ ਨਕਲੀ ਜਿਹਿਆਂ ਗੱਲਾਂ ਕਰੀ ਜਾਂਦੇ ਹੋ ਕਿਸੇ ਦੇ ਬਾਬਤ ਵੀ ਹਵਾ ਤਵਾ ਬੋਲੀ ਜਾਂਦੇ ਹੋ ਕੋਈ ਕੰਮ ਦੀ ਗੱਲ ਕਰ ਲਿਆ ਕਰੋ ਬਿਲਕੁਲ ਸਹੀ ਗੱਲ ਹੈ ਜੇ ਹਿੰਮਤ ਰੱਖਦੇ ਹੋ ਕਿਸੇ ਦੇ ਵਿੱਚ ਨਗੋਚ ਕੱਢਣ ਦੀ ਕਿਸੇ ਨੂੰ ਕੁਛ ਮਾੜਾ ਚੰਗਾ ਬੋਲਣ ਦੀ ਤੇ ਫਿਰ ਆਪਣਾ ਅਸਲ ਨਾਂ ਜ਼ਾਹਰ ਕਰਨ ਦੇ ਵਿੱਚ ਮਤ ਰੱਖੋ ਕਿਸੇ ਦਾ ਨਾਂ ਵਰਤ ਕੇ ਕਿਸੇ ਦੇ ਮੋਢੇ ਦੇ ਉੱਪਰ ਆ ਕੇ ਬੰਦੂਕ ਕਦੇ ਨਹੀਂ ਚਲਾਉਣੀ ਚਾਹੀਦੀ ਕਿਵੇਂ ਗਹਿਰਾਂ ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵਿਟਾਲਿਆਂ 'ਚ ਜਾਂ ਚ ਆਪਾ ਪ੍ਰੋਗਰਾਮ ਦਾ ਨਾਮ ਬਦਲ ਲਗੇ ਕਿਉਂ ਹਾਂ ਕਿਉਂ ਚੱਦੀ ਅੰਤਖਸ਼ਰੀ ਨਹੀਂ ਗਾਣਿਆਂ ਦਾ ਵਿਚਾਰ ਹਾਂ ਨਹੀਂ ਟਾਣਾ ਸਾਹਿਬ ਅੱਜ ਪਤਾ ਨਹੀਂ ਕਿਉਂ ਜਿੱਧਰੋਂ ਤੁਰਿਆ ਅੱਜ ਗਾਣੇ ਬਹੁਤ ਆ ਰਹੇ ਪਤਾ ਨਹੀਂ ਕੀ ਅੱਜ ਹਰਮੋਨੀਆ ਤੇ ਦੰਦੀ ਵੱਢ ਕੇ ਆਏ ਆ ਔਰ ਸਾਰੀ ਨੱਪੀ ਤਰੀ ਆਉਂਦੇ ਕਿੱਲੀ ਗਾਣੇ ਤੇ ਗਾਣੇ ਗਾਣੇ ਤੇ ਗਾਣੇ ਓ ਨਹੀਂ ਮੈਂ ਮਾਫੀ ਚਾਹਨੀ ਆ ਪਰ ਮੈਂ ਅਸਲ ਚ ਇਹ ਵੀ ਹੁਣ ਕਹਿ ਦੋ ਇੱਕ ਹੋਰ ਗੱਲ ਐਨੀ ਡਵਲਿਆਂ ਚ ਜਾਨ ਥੱਲੇ ਦੇਈਦਾ ਤਪਾਨ ਟਾਣਾ ਸਾਹਿਬ ਜੀ ਤਲਾਕ ਦੇ ਦਰ ਦੀ ਜੇਕਰ ਗੱਲ ਕੀਤੀ ਜਾਏ ਤਾਂ ਪੰਜਾਬ 'ਚ ਦਰ ਵੱਧਦੀ ਜਾ ਰਹੀ ਹੈ। ਬੇਹੱਦ ਬਹੁਤ ਜ਼ਿਆਦਾ ਚਿੰਤਾਜਨਕ ਮਾਮਲਾ ਹੈ ਇਹ। ਪੁੱਛੋ ਕੁਛ ਨਾ। ਅੱਜ ਕੱਲ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਹਨਾ। ਬਿਲਕੁਲ ਸਹੀ। ਜੀ ਤੁਸੀਂ ਇਸ ਤੋਂ ਅੱਗੇ ਵੀ ਕੁਝ ਬੋਲੋਗੇ ਕਿ ਸਿਰਫ ਇੱਕ ਮਤਲਬ ਦੋ ਟੁਕ ਜਵਾਬ ਦੇਉਗੇ ਮੈਨੂੰ। ਜਦੋਂ ਤੁਸੀਂ ਸਿਆਣੀ ਗੱਲ ਕਰ ਰਹੇ ਹੋ। ਜੀ ਤੇ ਸੱਚੀ ਗੱਲ ਕਰ ਰਹੇ ਹੋ ਤੇ ਮੈਂ ਉਹਦੇ ਵਿੱਚ ਟੁੱਟੜਾਵਾ। ਇਹ ਗੱਲ ਚੰਗੀ ਨਹੀਂ ਲੱਗਦੀ। ਜ਼ਰੂਰੀ ਨਹੀਂ ਕਿ ਆਪਾਂ ਟੁੱਚੜੀ ਡਾਣੀ ਹੈ। ਉਸ ਤੋਂ ਇਲਾਵਾ ਵੀ ਦੁਨੀਆ 'ਚ ਹੋਰ ਮਸਲੇ ਹੁੰਦੇ ਨੇ। ਆਪਾਂ ਵਿਸਥਾਰ ਸਹਿਤ ਵਿਆਖਿਆ ਕਰ ਸਕਦੇ ਆ। ਤੁਸੀਂ ਗੱਲ ਅੱਗੇ ਵਧ ਇਹ ਗੱਲ ਚੰਗੀ ਨਹੀਂ ਲੱਗਦੀ ਇਹ ਸ਼ੋਭ ਦੀ ਨਹੀਂ ਗੱਲ ਨਹੀਂ ਮੈਂ ਇੱਦਾਂ ਸ਼ੋਭ ਵਰ ਮਨੁੱਖ ਦੇ ਮੂੰਹੋਂ ਇਹ ਗੱਲ ਜੱਤਰੀ ਨਹੀਂ ਵਾਹੀ ਚਾਹੀਆ ਮੈਂ ਕੁਝ ਗਲਤ ਤਾਂ ਨਹੀਂ ਕਹਿ ਰਿਹਾ ਤੁਸੀਂ ਅੱਗੇ ਬਤਾਓ ਗੱਲ ਮੈਨੂੰ ਕਿੱਥੇ ਜਿਆ ਠੀਕ ਲੱਗੂਗਾ ਮੈਂ ਬੋਲੂਗਾ ਇੰਨਾ ਵੱਡਾ ਮੁੱਦਾ ਤੁਹਾਨੂੰ ਮੈਂ ਦਿੱਤਾ ਤਲਾਕ ਦਾ ਬੋਲਣ ਦੇ ਲਈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਹ ਜਿਹੜੀ ਦਰ ਹੈ ਉਹ ਵੱਧਦੀ ਜਾ ਰਹੀ ਹੈ ਆਪਾਂ ਜੇ ਕਿਤੇ ਕਚਹਿਰੀ ਵੱਲ ਨੂੰ ਢੇੜਾ ਲੱਗੇ ਜੇ ਕਿਤੇ ਕੋਟਵਾਲ ਨੂੰ ਜਾਂਦਾ ਹੈ ਹੈਨਾ ਅਦਾਲਤ ਵੱਲ ਨੂੰ ਜਾਂਦਾ ਮੌਕਾ ਮਿਲੇ ਤਾਂ ਉੱਥੇ ਤੁਸੀਂ ਵੇਖਿਓ ਵੀ ਕਿੰਨੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹ ਇਸ ਮਸਲੇ ਦੇ ਵਿੱਚ ਉੱਥੇ ਪਹੁੰਚੇ ਹੁੰਦੇ ਉਹਨਾਂ ਮੈਰਿਜ ਪੈਲਸ ਦੇ ਵਿੱਚ ਇਕੱਠੇ ਨਹੀਂ ਹੁੰਦਾ ਜਿੰਨਾ ਕਚਹਿਰੀ 'ਚ ਹੁੰਦਾ ਬਿਲਕੁਲ ਸਹੀ ਗੱਲ ਦੋਵੇਂ ਧਿਰਾਂ ਉੱਥੇ ਵੀ ਹੁੰਦੀਆਂ ਜੀ ਇਹ ਗੱਲ ਵਕਰੀ ਉੱਥੇ ਮਿਲਣੀ ਨਹੀਂ ਹੁੰਦੀ ਉੱਥੇ ਚਪੇੜਾ ਚੱਲਦੀਆਂ ਉੱਥੇ ਸ਼ਗਲ ਨਹੀਂ ਪੈਂਦਾ ਉੱਥੇ ਪੈਸੇ ਦੇਣੇ ਪੈਂਦੇ ਨੇ ਹਾਂ ਜੀ ਤੇ ਪਰ ਗੱਲ ਇਹ ਹੈ ਵੀ ਤੁਹਾਨੂੰ ਪਤਾ ਇੰਗਲੈਂਡ ਦੇ ਵਿੱਚ ਵੀ ਇੱਕ ਤਲਾਕ ਹੋਇਆ ਇੰਗਲੈਂਡ 'ਚ ਵੀ ਇੱਕ ਤਲਾਕ ਹੋਇਆ ਜੀ ਹੁੰਦੇ ਹੋਣਗੇ ਇੰਗਲੈਂਡ 'ਚ ਬਥੇਰੇ ਹੁੰਦੇ ਹੋਣਗੇ ਪਰ ਇਹ ਜਿਹੜਾ ਤਲਾਕ ਹੈ ਬੜਾ ਵੱਖਰਾ ਜਿਹਾ ਹੋਇਆ ਅੱਛਾ ਕੀ ਹੋਇਆ ਮਤਲਬ ਤੁਸੀਂ ਇਹ ਸੁਣਿਆ ਸੀ ਵੀ ਅਦਾਲਤਾਂ ਦੇ ਚੱਕਰ 'ਚ ਘਰ ਦੇ ਭਾਂਡੇ ਵੀ ਵਿਕ ਜਾਂਦੇ ਹੁੰਦੇ ਨੇ ਮੇਰੇ ਦੋਸਤ ਪੰਜਾਬ 'ਚ ਸੁਣਿਆ ਮੈਂ ਜੀ ਪਰ ਇੰਗਲੈਂਡ 'ਚ ਗੱਲ ਸੱਚੀ ਸਾਬਤ ਹੋਵੇ ਗੋਰੇ ਤਾਂ ਮੈਨੂੰ ਪਤਾ ਲੱਗਾ ਵੀ ਜਦੋਂ ਲੜਾਈ ਲੁੜੀ ਹੋ ਜਾ ਮੱਛੀ ਫੜਨ ਚਲੇ ਜਾਂਦੇ ਆ ਹਾਂ ਤੁਹਾਨੂੰ ਇਹ ਕਹਿੰਨੇ ਦੱਸਿਆ ਮੈਂ ਸੁਣਿਆ ਕਿਸੇ ਤੋਂ ਇਹਨੇ ਅਫਵਾਹ ਫਲਾਈ ਕਹਿੰਦੇ ਵੀ ਭਾਈ ਗੋਰੇ ਮੱਛੀ ਫੜਦੇ ਆ ਵੀਕਐਂਡ ਦੇ ਉੱਤੇ ਸ਼ਨੀ ਐਤਵਾਰ ਨੂੰ ਆਪਦਾ ਮસ્ਤੀ ਮ ਖਤਮ ਕਰਕੇ ਤੇ ਸੋਮਵਾਰ ਨੂੰ ਫੇਰ ਕੰਮ ਤੇ ਕਹਿੰਦੇ ਮੱਛੂ ਮੱਛ ਬਹੁਤ ਫੜਦੇ ਆ ਜਨਾਬ ਸਾਹਿਬ ਐਸੇ ਮੱਛੀ ਦੀ ਗੱਲ ਤੁਸੀਂ ਕੀਤੀ ਤੇ ਉਹੀ ਗੱਲ ਜਿਹੜੀ ਤੁਸੀਂ ਹਰ ਵਾਰ ਸਾਂਝੀ ਕਰਦੇ ਹੁੰਦੇ ਹੋ ਨਿੱਕੀ ਜਿਹੀ ਮੱਛੀ ਵਾਲੀ ਉਹ ਨਹੀਂ ਸਾਂਝੀ ਕੀਤੀ ਕਿਉਂ ਨਾ ਇਹ ਉਹ ਤਾਂ ਅਸਲ ਦੇ ਵਿੱਚ ਨਾ ਸੱਭੇਕ ਮਨੁੱਖ ਦੀ ਨਿਸ਼ਾਨੀ ਆ ਜੀ ਉਸ ਗੱਲ ਤੋਂ ਤਾਂ ਮੈਂ ਬੜਾ ਕੁਝ ਸਿੱਖਿਆ ਹੂੰ ਜ਼ਿੰਮੇਵਾਰ ਹੋਣ ਦਾ ਇੱਕ ਤਰੀਕਾ ਸਿੱਖਿਆ ਤੇ ਮੈਂ ਕੋਸ਼ਿਸ਼ ਕਰੂੰਗਾ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਨੂੰ ਅਪਣਾਵਾਂ ਜੀ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਅਸੀਂ ਨਿਊਜ਼ੀਲੈਂਡ ਦੇ ਵਿੱਚ ਰਹਿ ਕੇ ਸਿੱਖੀਆਂ ਮਹਿਸੂਸ ਕੀਤੀਆਂ ਅਸੀਂ ਗਏ ਸੀ ਮਿਸ਼ਨ ਬੇਬੀ ਤੇ ਉੱਥੇ ਜਾ ਕੇ ਦੇਖਿਆ ਜੀ ਇੱਕ ਗੋਰੀ ਮੱਛੀ ਫੜੀ ਜਾਂਦੀ ਹੈ ਉਹਦੀ ਉਮਰ ਹੋਗੀ 60-65 ਸਾਲ ਦੀ ਉਹਦੇ ਬੁੱਧੀਆਂ ਰੱਖੀਆਂ ਚਿੱਟੀਆਂ ਤੇ ਉਹ ਉਹਨੇ ਕੁੱਲੀ ਪਾਈਆ ਤੇ ਐ ਉਹਨੇ ਖਿੱਚਿਆ ਹੂੰ ਤੇ ਐਡੀ ਕ ਮੱਛੀ ਉਹਦੇ ਕੋਲੇ ਆ ਗਈ ਜੀ ਉਹਨੇ ਮੱਛੀ ਦੇ ਉੱਤੇ ਹੱਥ ਫੇਰਿਆ ਹੂੰ ਕਹਿੰਦੀ ਸੌਰੀ ਤੇ ਫੇਰ ਪਾਣੀ 'ਚ ਛੱਡਦੀ ਜੀ ਕਹਿੰਦੇ ਵੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਨਿਯਮ ਦੇ ਮੁਤਾਬਕ 12 ਸੈਂਟੀਮੀਟਰ ਤੋਂ ਛੋਟੀ ਤੁਸੀਂ ਮੱਛੀ ਫੜ ਨਹੀਂ ਸਕਦੇ ਪਰ ਨਾ ਉੱਥੇ ਕੈਮਰਾ ਲੱਗਾ ਨਾ ਉੱਥੇ ਕੋਈ ਸ਼ਿਕਾਇਤ ਕਰਨ ਵਾਲਾ ਨਾ ਉੱਥੇ ਪੁਲਿਸ ਵਾਲਾ ਨਾ ਉੱਥੇ ਕੋਈ ਪੁਲਿਸ ਵਾਲਾ ਉਹਨੇ ਫੇਰ ਵੀ ਆਪਣੀ ਜ਼ਿੰਮੇਵਾਰੀ ਸਮਝ ਲਈ ਤਾਂ ਉਹਨੇ ਚੱਕ ਕੇ ਟੋਲੇ ਚ ਪਾ ਲੈਣੀ ਸੀ ਜੀ ਤੇ ਜੇ ਮੈਂ ਕਿਹਾ ਵੀ ਤੇ ਪੰਜਾਬ ਦੇ ਵਿੱਚ ਕੋਈ ਐ ਫੜਦਾ ਹੁੰਦਾ ਉਹਨੇ ਕਿਹਾ ਸੀ ਐਡੀ ਕਾਈ ਨਾ ਐਡੀ ਐਡੀ ਤਿੰਨ ਚਾਰ ਹੋਰ ਫੜ ਲੈ ਆਪਣਾ ਡਿਨਰ ਬੰਨੇ ਆ ਜੀ ਪਰ ਗੱਲ ਇਹ ਹੈ ਕਿ ਸਭੇਕ ਹਰੇਕ ਨੂੰ ਹੋਣਾ ਚਾਹੀਦਾ ਤਾਂ ਜਿਹੜੇ ਇੰਗਲੈਂਡ ਵਾਲੇ ਤਲਾਕ ਦੀ ਮੈਂ ਗੱਲ ਕਰਦੀ ਸੀ ਪੂਰੇ 2 ਸਾਲ ਕੇਸ ਚੱਲਿਆ ਟਾਣਾ ਸਾਹਿਬ ਤੇ 22 ਸਾਲ ਹੋ ਗਏ ਸੀ ਵਿਆਹ 22 ਸਾਲਾਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਸਾਡੀ ਨਿਬਦੀ ਨਹੀਂ ਗਈ ਦੰਨ ਬੱਚਿਆਂ ਤੋਂ ਬਾਅਦ ਪਤਾ ਲੱਗਾ ਵੀ ਸਾਡਾ ਕਮੌਖਾ ਸਾਡੀ ਸੋਚ ਨਹੀਂ ਮਿਲਦੀ ਸਾਡੀ ਸੋਚ ਨਹੀਂ ਮਿਲਦੀ ਸਰ ਵਾਡੂ ਹੋ ਜਾਣਾ ਚਾਹੀਦਾ ਕਹਿੰਦੇ ਵੀ ਨਿਆਣਿਆਂ ਨੇ ਵੀ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਵੀ ਮਾੜੀ-ਮੋਟੀ ਸੋਚ ਬਣਾ ਲਓ ਹੁਣ ਪਰ ਨਹੀਂ ਮੰਨੇ ਕਹਿੰਦੇ ਨੋ ਬਿਲਕੁਲ ਨਹੀਂ ਮੰਨੇ ਤੇ 6 ਕਰੋੜ ਰੁਪਈਆ ਤਾਂ ਫੀਸਾਂ ਦੇ ਉੱਪਰ ਹੀ ਲੱਗ ਗਿਆ ਜਿਹੜੀਆਂ ਵਕੀਲਾਂ ਹੁੰਦੇਣੀਆਂ ਸੀ ਤੇ ਤੁਸੀਂ ਇਹ ਵੇਖੋ ਇਸ ਟੱਕਰ 'ਚ ਘਰ ਵੀ ਵਿਕ ਗਿਆ ਟਾਣਾ ਸਾ ਜਿਹੜੇ ਘਰ 'ਚ ਰਹਿੰਦੇ ਸੀ ਉਹ ਘਰ ਵਿਕ ਗਿਆ ਜੀ ਜਿਹੜੀ ਜਮਾ ਪੂੰਜੀ ਸੀ ਉਹ ਵਕੀਲ ਲੈ ਗਏ ਤੇ 1.5 ਕਰੋੜ ਦਾ ਕਰਜ਼ਾ ਵੀ ਸਿਰ 'ਚ ਲੈ ਲਿਆ ਤੇ 1.5 ਕਰੋੜ ਦਾ ਚੜਾ ਲਿਆ ਕਰਜ਼ਾ ਸਿਰ ਦੇ ਉੱ ਇਹ ਹਾਲੇ ਕੰਨੀ ਵੀ ਆਪਾਂ ਨੂੰ ਸਾਫ਼ ਮਿਲ ਗਿਆ ਬਹੁਤ ਕਮਾਲ ਕੀਤੀ ਆ ਜੀ ਬਹੁਤ ਮਤਲਬ ਤੁਹਾਡੇ ਵਾਰੇ ਭਲੇ ਆ ਲੈ ਜਾਈਏ ਪਰ ਚਲੋ ਟਣਾ ਸਾਹਿਬ ਦੇਖੋ ਸੋਚ ਹੈ ਕਦੇ ਵੀ insan ਦੀ ਬਦਲ ਸਕਦੀ ਹੈ ਤੇ ਕਦੇ ਵੀ ਉਹਨੂੰ ਇਹ ਲੱਗ ਸਕਦਾ ਹੈ ਕਿ ਮੇਰੀ ਇਹ ਤਾਂ ਨਹੀਂ ਨਿਭਦੀ। ਸੋ ਭਾਈ ਅੱਡ ਹੋਏ ਨੇ ਪਰ ਇਹ ਬੜੀ ਦੁੱਖ ਦੀ ਗੱਲ ਹੈ ਵੀ 1.5 ਕਰੋੜ ਤੋਂ ਵੱਧ ਦਾ ਜਿਹੜਾ ਕਰਜ਼ਾ ਉਹ ਵੀ ਸਿਰ ਤੇ ਲੜਾਈ ਦੇ ਜੀ ਬਿਨਾਂ ਕਿਸੇ ਖਰਚੇ ਦੇ ਭਾਈ ਜੇਕਰ ਅੱਡ ਹੋਣਾ ਨਾਲ ਤੇ ਹੋ ਜਾਇਆ ਕਰੋ। ਪਹਿਲੀ ਗੱਲ ਤਾਂ ਹੋਵੋ ਨਾ ਪਰ ਜੇਕਰ ਨਹੀਂ ਨਿਭਦੀ ਸਿਰ ਪਾੜਨ ਦੇ ਨਾਲ ਉਹ ਨਾ ਅੱਡ ਚੁੱਪਚੀ ਪੀਤੇ ਹੋ ਜਾਣਾ ਚਾਹੀਦਾ ਹੈ। ਮੈਂ ਜਲੂਬ ਸਾਹਿਬ ਦਾ ਕਿਉਂ ਕਢਾਉਣਾ? ਨਾਲੇ ਆਰਥਿਕ ਪੱਖੋਂ ਨਾਲੇ ਲੋਕਾਂ ਦੇ ਵਿੱਚ ਲੋਕ ਵੀ ਨਾ ਫਿਰ 3600 ਗੱਲਾਂ ਕਰਦੇ ਇਹਨਾਂ ਦੀ ਕੁੜੀ ਦੇ ਵਸ਼ਲੇ ਕਰ ਰਹੀ ਸੀ ਪਹਿਲੇ ਦਿਨੋਂ ਪਤਾ ਸੀ ਨਖਰੀ ਬਾੜੇ ਮਾਰਦੀ ਸੀ ਨਹੀਂ ਕਾਹਦਾ ਪਤਾ ਸੀ ਟਣਾ ਸਭ ਦੇਖੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡੀ ਗੱਲ ਹੈ ਜੇਕਰ ਤੁਹਾਡਾ ਵਿਚਾਰ ਧਾਰਕ ਮਤਭੇਦ ਹੈਗੇ ਨੇ ਕਿਸੇ ਦੇ ਨਾਲ ਚਾਹੇ ਉਹ ਤੁਹਾਡੀ ਆਪਾਂ ਕਹ ਲਈ ਵੀ ਘਰ ਵਾਲੀ ਹੀ ਹੈ ਹੈਨਾ ਜੇ ਤੁਹਾਡੀ ਨਹੀਂ ਨਿਭਦੀ ਤਾਂ ਮੈਨੂੰ ਇਹ ਵਾਕਈ ਗੱਲ ਲੱਗਦੀ ਹੁੰਦੀ ਹੈ ਕਿ ਜਲੂਸ ਕੱਢਣ ਦੇ ਨਾਲੋਂ ਜਾਂ ਪੂਰੀ ਜ਼ਿੰਦਗੀ ਇਸੇ ਕਹਿ ਲਓ ਵੀ ਹਨਾ ਇੱਕ ਦੂਜੇ ਨਾਲ ਜੀ ਹਨਾ ਇੱਕ ਦੂਜੇ ਨਾਲ ਐ ਵਿਖੀ ਜੀ ਜਾਣਾ ਮੱਚੀ ਜਾਣਾ ਇਹਦੇ ਨਾਲੋਂ ਇੱਕ ਕੁੱਤੇ ਵਾਂਗੂ ਨਹੀਂ ਲੜਨਾ ਚਾਹੀਦਾ ਕਰਨ ਦਾ ਭਾਵ ਜੀ ਇੱਕ ਜ਼ਿੰਦਗੀ ਮਿਲ ਗਈ ਹੈ ਤੇ ਜੇਕਰ ਤੁਹਾਡੇ ਵਿਚਾਰ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਤਾਂ ਮੈਨੂੰ ਲੱਗਦਾ ਹੈ ਕਿ ਵਾਕਈ ਬੰਦਨ ਕੋਈ ਫੈਸਲਾ ਮੈਨੂੰ ਨੇ ਇੱਕ ਅਦਾਲਤ ਵਾਲੀ ਗੱਲ ਕੀਤੀ ਆ ਗਈ ਜੀ ਇੱਕ ਅਦਾਲਤ ਦੇ ਵਿੱਚ ਇੱਕ ਟਿਹਰੇ ਦੇ ਵਿੱਚ ਇੱਕ ਚੋਰ ਖੜਾ ਹੂੰ ਤੇ ਜੱਜ ਕਹਿੰਦਾ ਵੀ ਵਿਚਲੀ ਗੱਲ ਕੀ ਸੀ ਜੀ ਉਹ ਕਹਿੰਦਾ ਜੀ ਮਹਾਰਾਜ ਦੀ ਗੱਲ ਕੋਈ ਨਹੀਂ ਕਿ ਮੀ ਲਾਰਡ ਬਸ ਨਾ ਮੇਰੇ ਨਾਲ ਧੋਖਾ ਹੋ ਗਿਆ ਆਹਾ ਕਹਿੰਦਾ ਕੀ ਕਹਿੰਦਾ ਵੀ ਅਸਲ ਦੇ ਵਿੱਚ ਮੈਂ ਇੱਕ ਦੁਕਾਨ ਦੇ ਵਿੱਚ ਵੜਿਆ ਹੂੰ ਉੱਥੇ ਇਹ ਲਿਖਿਆ ਸੀਗਾ ਵੀ ਭਾਈ ਤੁਸੀਂ ਕੋਈ ਤਾਲਾ ਤੋੜਾ ਨਾ ਤੋੜੋ ਹੂੰ ਤੁਸੀਂ ਬਸ ਆ ਬਟਨ ਨੱਪ ਦਿਓ ਤਜੋਰੀ ਆਪਣੇ ਆਪ ਖੁੱਲ ਜਾਣੀ ਹੈ ਕਹਿੰਦਾ ਫੇਰ ਕਹਿੰਦਾ ਮੈਨੂੰ ਬਟਨ ਨਾ ਪਤਾ ਉੱਤੋਂ ਪੁਲਿਸ ਆ ਗਈ ਜੱਜ ਕਹਿੰਦਾ ਫੇਰ ਕਹਿੰਦਾ ਮੇਰਾ ਇਨਸਾਨੀਅਤ ਤੋਂ ਯਕੀਨ ਉੱਠ ਗਿਆ ਵਿਸ਼ਵਾਸ ਤੋਂ ਭਰੋਸੇ ਦੇ ਉੱਤੇ ਸੱਟ ਮਾਰੀ ਮੇਰੇ ਜੀ ਬਿਲਕੁਲ ਸਹੀ ਗੱਲ ਹੈ ਇੱਕਦਮ ਮਰਨੀ ਨਹੀਂ ਚਾਹੀਦੀ ਪਰ ਚਲੋ ਖੈਰ ਹਾਸਾ ਠੇਠਾਈਕ ਬੰਨੇ ਰਹਿਟਾਣਾ ਸਾਹਿਬ ਪਰ ਹੁਣ ਕਹਿੰਦੇ ਭਗਵੰਤ ਮਾਨ ਨੇ ਫਿਰ ਤੋਂ ਗੋਗੇ ਜੜ ਦਿੱਤਾ। ਦੇਖੋ ਭਗਵੰਤ ਮਾਨ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਆ। ਉਹ ਕਹਿੰਦਾ ਵੀ ਇੱਕ ਤਾਂ ਜਥੇਦਾਰ ਸਾਹਿਬ ਇਹ ਗੱਲ ਦੱਸਣ ਤੇ ਅਕਾਲੀ ਦਲ ਦੇ ਆਗੂ ਇਹ ਗੱਲ ਦੱਸਣ ਵੀ ਉਹ ਖਾਲਿਸਤਾਨ ਪੱਖੀ ਆ ਜਾਂ ਖਾਲਿਸਤਾਨ ਦੇ ਖਿਲਾਫ ਆ। ਅੱਛਾ ਜੀ। ਭਗਵੰਤ ਮਾਨ ਕਹਿੰਦਾ ਵੀ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਸੀ ਪੰਜਾਬ ਦੇ ਵਿੱਚ ਹੂੰ ਉਦੋਂ ਸਾਡੇ ਉੱਤੇ ਦੋਸ਼ ਲਾਉਦੇ ਸੀ ਅਕਾਲੀ ਦਲ ਤੇ ਭਾਜਪਾ ਗੱਠ ਜੋੜ ਦੇ ਆਗੂ ਵੀ ਆਮ ਆਦਮੀ ਪਾਰਟੀ ਖਾਲਿਸਤਾਨ ਪੱਖੀ ਆ। ਹੂੰ ਕੇਦਰੀਵਾਲ ਨੇ ਮੋਗੇ ਦੇ ਵਿੱਚ ਇੱਕ ਰਾਤ ਕੱਟੀ ਆ ਉਹ ਬੰਦਾ ਜਿਹੜਾ ਖਾਲਸਤਾਨ ਪੱਖੀ ਸੀ ਇਸ ਕਰਕੇ ਇਸ ਪਾਰਟੀ ਦੇ ਨਾਲੋਂ ਦੂਰੀ ਬਣਾ ਕੇ ਰੱਖੋ ਜੀ ਭਗਵੰਤ ਮਾਨ ਨੇ ਗੱਲ ਕਹੀ ਆ ਕਿ ਹੁਣ ਸੁਖਬੀਰ ਬਾਦਲ ਸਾਫ ਕਰੇ ਵੀ ਆਪ ਉਹ ਕਿੱਥੇ ਜੇ ਖੜੇ ਆ ਉਹਨਾਂ ਦਾ ਕੀ ਸਟੈਂਡ ਆ ਉਹ ਕਿਹੜੀ ਥਾਂ ਦੇ ਉੱਤੇ ਖੜ ਕੇ ਤੇ ਕੀ ਆਪਣੀ ਧਾਰਨਾ ਰੱਖਦੇ ਆ ਉਹਨਾਂ ਨੇ ਕਿਹਾ ਵੀ ਜੇਕਰ ਅਕਾਲੀ ਦਲ ਨੂੰ ਇਹ ਲੱਗਦਾ ਵੀ ਖਾਲਸਤਾਨ ਪੱਖੀ ਬੋਲਣਾ ਚਾਹੀਦਾ ਜੀ ਤਾ ਇੱਕ ਨਵੀਂ ਗੱਲ ਨਹੀਂ ਜਦੋਂ ਸੱਤਾ ਦੇ ਵਿੱਚ ਹੁੰਦੇ ਉਦੋਂ ਖਿਲਾਫ ਹੁੰਦੇ ਜਦੋਂ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੁੰਦੇ ਆ ਉਦੋਂ ਬੋਲਦੇ ਨਹੀਂ ਤੇ ਹੁਣ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਵੀ ਨਹੀਂ ਤੇ ਹੁਣ ਕਹਿੰਦੇ ਅਸੀਂ ਪੱਕੇ ਦੇ ਵਿੱਚ ਜੀ ਸੋ ਇਸ ਕਰਕੇ ਉਹਨੇ ਸਵਾਲ ਕੀਤੇ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਬੀਬੀ ਹਰਸਿਮਰਿਤ कौर ਬਾਦਲ ਅਸਤੀਫਾ ਦੇ ਦੇਵੇ ਕਿਉਂਕਿ ਭਾਜਪਾ ਵੀ ਇਹ ਗੱਲ ਕਹਿੰਨੀ ਵੀ ਅਸੀਂ ਖਾਲਿਸਤਾਨ ਦੇ ਖਿਲਾਫ ਆ ਇਹਨਾਂ ਦੀ ਸਾਂਝੀ ਵਾਲਤਾ ਹੈਗੀ ਭਾਜਪਾ ਦੇ ਨਾਲ ਤੇ ਇਸ ਕਰਕੇ ਜੇਕਰ ਵਿਚਾਰ ਨਹੀਂ ਮਿਲਦੇ ਭਾਈ ਅਸਤੀਫਾ ਦੇ ਦੇ ਕੋਕੇ ਜੜ ਤੇ ਭਗਵੰਤ ਨੇ ਰਾਣਾ ਸਾਹਿਬ ਗੱਲ ਇਹ ਹੈ ਵੀ ਚਾਹੇ ਕੋਈ ਵੀ ਮੁੱਦਾ ਹੋਵੇ ਤੇ ਚਾਹੇ ਕੋਈ ਵੀ ਸਿਆਸੀ ਧਿਰ ਹੋਵੇ ਜਦੋਂ ਤੱਕ ਸੱਤਾ ਦੇ ਵਿੱਚ ਹੀ ਹੁੰਦੇ ਨੇ ਉਦੋਂ ਰੰਗ ਰੂਪ ਹੋਰ ਹੁੰਦਾ ਹੈ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਨੇ ਉਹ ਜੋ ਪੰਜਾਬ ਦਾ ਫਿਕਰ ਜਿਹੜਾ ਉਹ ਵਾਧੂ ਜਾਗ ਜਾਂਦਾ ਵੀ ਮੇਰੇ ਪੰਜਾਬ ਨੂੰ ਤਾਂ ਲੋੜ ਬਹੁਤ ਐ ਮੈਨੂੰ ਤਾਂ ਪੰਜਾਬ ਦੇ ਲਈ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਐ ਮੈਂ ਤਾਂ ਪੰਜਾਬ ਦੀ ਸੇਵਾ ਦੇਣ ਲਈ ਹਮੇਸ਼ਾ ਤਤਪਰ ਹਾਂ ਸੋ ਇਹ ਹਰੇਕ ਸਿਆਸੀ ਪਾਰਟੀ ਦਾ ਰੰਗ ਐ ਹਾਂ ਇੱਕ ਹੋਰ ਗੱਲ ਕਹੀ ਭਗਵੰਤ ਨੇ ਜੀ ਉਹ ਕਹਿੰਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਇੱਕੋ ਬੇਨਤੀ ਐ ਵੀ ਜੇਕਰ ਉਹਨੇ ਪਾਰਟੀ ਦੇ ਵਿੱਚ ਆਉਣਾ ਝਾੜੂ ਚੱਕਣਾ ਹਮ ਮਰਜ਼ੀ ਆ ਭਾਈ ਉਹਦੀ ਪਰ ਬਿਨਾਂ ਸ਼ਰਤ ਆਉਣਾ ਪਊਗਾ अच्छा जी शर्त शुरत किते दी कोई नहीं ਮੰਨੀ ਜਾਣੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦੀ ਸੀ ਕਿ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨਗੇ ਕੇਜਰੀਵਾਲ ਉਹ ਆਮ ਆਦਮੀ ਪਾਰਟੀ ਦੀ ਅਗਵਾਈ ਕਰੂ 2022 ਦੇ ਮੱਦੇ ਨਜ਼ਰ ਮੁੱਖ ਮੰਤਰੀ ਦਾ ਚਿਹਰਾ ਹੋ ਪੰਜਾਬ ਦੇ ਵਿੱਚ ਭਗਵੰਤ ਨੇ ਇਹ ਗੱਲ ਕਹੀ ਹੈ ਵੀ ਮੈਂ ਤਾਂ ਬਾਹ ਮਰੋੜ ਦੰਦਾ ਹੁੰਨਾ ਵੀ ਇਹ ਬੇਨਤੀ ਹੈ ਮੇਰੀ ਵੀ ਭਾਈ ਤੁਸੀਂ ਆਓ ਜੀ ਸਦਕੇ ਆਓ ਪਰ ਜਿਵੇਂ ਬਾਕੀ ਲੋਕ ਆ ਸਕਦੇ ਓਵੇਂ ਆ ਸਕਦੇ ਸ਼ਰਤ ਸ਼ੁਰਤ ਕੋਈ ਨਹੀਂ ਮੰਨਣੀ ਅਸੀਂ ਉਧਰੋਂ ਕਹਿੰਦੇ ਪ੍ਰਸ਼ਾਂਤ ਕਸ਼ੋਰ ਨੇ ਛੱਟਾ ਜਵਾਬ ਦਿੱਤਾ ਕੀ ਕਹਿੰਦੇ ਵੀ ਮੈਂ ਨਹੀਂ ਕੈਪਟਨ ਦੀ ਮੁਹਮ ਮੁਹਮ ਚਲਾਉਣੇਗੀ ਮੈਂ ਐਤ ਕੀ ਪੰਜਾਬ ਦੇ ਵਿੱਚ ਕਾਂਗਰਸ ਦੇ ਹੱਕ ਦੇ ਵਿੱਚ ਨਹੀਂ ਕੋਈ ਇਹੋ ਜਿਹਾ ਮਾਹੌਲ ਪੈਦਾ ਕਰਨਾ ਅੱਛਾ ਜੀ ਉਹ ਕਹਿੰਦੇ ਮੇਰੀ ਗੱਲ ਝਾੜੂ ਵਾਲਿਆਂ ਨਾਲ ਅੰਦਰ ਖਾਤੇ ਹੋ ਗਈ ਹੈ ਬਸ ਗੱਲਾਂ ਖਤਮ ਆ। ਮਤਲਬ ਅਸੀਂ ਹੋ ਗਏ ਹਾਂ ਕੌਣ ਹੁਣ ਤੇਰੀ ਨਿਗਾ ਬਦਲ ਗਈ? ਹਾਂ। ਜੰਗ ਜਾਂਦੇ ਵਿੱਚ ਆਉਂਦੀ ਸੀ ਵੀ ਇੱਕ ਜ਼ਰੂਰ ਸਾਹ ਜਪਾ ਲੀਏ। ਸੋ ਫਿਲਹਾਲ ਲਈ ਹੁਣ ਸਾਨੂੰ ਪ੍ਰੋਗਰਾਮ ਸਿਮੇਟਣਾ ਪਏਗਾ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡ ਤੇ ਪਹਚਾਓ ਦੋਵਾਂ ਤੇ ਇਜਾਜ਼ਤ ਸਾਸ਼ਵਿਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ